ਸਾਹਿਬ ਵੱਲੋਂ ਆਪ ਸਭ ਜੀ ਦਾ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਹੈ। ਨਾਦ ਪ੍ਰਕਾਸ਼ ਵੱਲੋਂ ਨਿਰੰਤਰ ਕਾਨਫਰੰਸ, ਵਿਵੇਕ ਗੋਸ਼ਟ, ਸੈਮੀਨਾਰ, ਪੁਸਤਕ ਗੋਸ਼ਟ ਅਤੇ ਲਿਟਰੇਚਰ ਫੈਸਟੀਵਲ ਕਰਵਾਇਆ ਜਾਂਦਾ ਹੈ। ਇਸੇ ਲੜੀ ਤਹਿਤ ਅੱਜ ਦਾ ਜਿਹੜਾ ਮਹੀਨਾਵਾਰੀ ਪ੍ਰੋਗਰਾਮ ਹੈ ਸਿਰਜਣ ਪ੍ਰਕਿਰਿਆ ਵਿੱਚ, ਅਸੀਂ ਕਿਸੇ ਵੀ ਇੱਕ ਲੇਖਕ ਨੂੰ ਜੋ ਕਿ ਅੰਮ੍ਰਿਤਸਰ ਸ਼ਹਿਰ ਨਾਲ ਸੰਬੰਧਿਤ ਹੁੰਦੇ ਨੇ ਉਹਨਾਂ ਨੂੰ ਬੁਲਾਉਂਦੇ ਹਾਂ ਅਤੇ ਉਹਨਾਂ ਕੋਲੋਂ ਉਹਨਾਂ ਦੀ ਸਿਰਜਣ ਪ੍ਰਕਿਰਿਆ ਬਾਰੇ ਅਸੀਂ ਜਾਣਦੇ ਹਾਂ। ਇਸ ਪ੍ਰੋਗਰਾਮ ਦੇ ਦੂਜੇ ਪੜਾਅ ਵਿੱਚ ਅਸੀਂ ਜੰਗ ਕਵੀ ਜਿਹੜੇ ਨੇ ਉਹਨਾਂ ਤੋਂ ਉਹਨਾਂ ਦੀਆਂ ਕਵਿਤਾਵਾਂ ਦਾ ਪਾਠ ਸਰਵਣ ਕਰਾਂਗੇ। ਇਸੇ ਸਿਰਜਣ ਨਾਦ ਪ੍ਰਗਾਸ ਸ਼ਬਦ ਦਰਸ਼ਨ ਵਿੱਚੋਂ ਗਿਆਨ ਦੇ ਪਸਾਰ ਤਲਾਸ਼ ਕਰਨ ਦੀ ਐਕਸਰਸਾਈਜ਼ ਕਰਦੀ ਹੈ। ਕਿਸੇ ਵੀ ਲੇਖਕ ਦੀ ਜਿਹੜੀ ਸਿਰਜਣ ਪ੍ਰਕਿਰਿਆ ਆ ਉਹਦੇ ਵਿੱਚ ਉਹਦੇ ਪ੍ਰੇਰਣਾ ਸਰੋਤ ਕੀ ਆ, ਵੀ ਜਦੋਂ ਕੋਈ ਲੇਖਕ ਬਚਪਨ ਵਿੱਚ ਆਪਣੀ ਕਵਿਤਾ ਨੂੰ ਲਿਖਦਾ ਆ ਜਾਂ ਕਿ ਕਹਾਣੀ ਨੂੰ ਲਿਖਦਾ ਆ ਉਹਦੀ ਪ੍ਰੇਰਣਾ ਦੇ ਸਰੋਤ ਕੀ ਆ, ਵੀ ਕੋਈ ਇੱਕ ਰਾਈਟਰ ਹੈ ਜਾਂ ਉਹਨੂੰ ਕੋਈ ਈਵੈਂਟ ਪ੍ਰਭਾਵਿਤ ਕਰਦਾ ਹੈ ਜਿਹਦੇ ਤੋਂ ਉਹ ਪ੍ਰਭਾਵਿਤ ਹੋ ਕੇ ਆਪਣੀ ਰਚਨਾ ਕਰਦਾ ਹੈ। ਅਤੇ ਜਦੋਂ ਉਹ ਲੇਖਕ ਆਪਣੀ ਇੱਕ ਤਾਂ ਹੈ ਕਿ ਉਹ ਸ਼ੁਰੂਆਤੀ ਦੌਰ ਦੇ ਵਿੱਚ ਉਹ ਕਿਹੜੀਆਂ ਚੀਜ਼ਾਂ ਤੋਂ ਪ੍ਰਭਾਵਿਤ ਹੁੰਦਾ ਹੈ, ਇੱਕ ਜਦੋਂ ਉਹ ਨਿਰੰਤਰ ਆਪਣੀ ਰਚਨਾ ਰਚਦਾ ਹੈ ਅਤੇ ਜਦੋਂ ਆਪਣੀ ਉਸ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਉਹ ਲਿਖਦਾ ਹੈ ਅਤੇ ਫਿਰ ਉਹਨੂੰ ਕਿਹੜੀਆਂ ਚੀਜ਼ਾਂ ਪ੍ਰਭਾਵਿਤ ਕਰਦੀਆਂ ਹਨ, ਅਤੇ ਦੂਸਰਾ ਉਹਦੀ ਫਿਰ ਕਲਪਨਾ ਕਿਹੋ ਜਿਹੀ ਹੈ, ਉਹਦੀ ਕਲਪਨਾ ਦੇ ਵਿੱਚ ਬਿੰਬ ਪ੍ਰਤੀਕ ਕਿਹੋ ਜਿਹੇ ਆ ਰਹੇ ਨੇ, ਜਾਂ ਫਿਰ ਉਸ ਕਵੀ ਦਾ ਦ੍ਰਿਸ਼ਟੀਕੋਣ ਕੀ ਹੈ। ਵੀ ਦ੍ਰਿਸ਼ਟੀਕੋਣ ਬਾਰੇ ਮੈਂ ਇੱਥੇ ਥੋੜ੍ਹਾ ਜਿਹਾ ਕਹਿਣਾ ਚਾਹਾਂਗੀ ਕਿ ਜਦੋਂ ਕੋਈ ਕਵੀ ਆਪਣੀ ਰਚਨਾ ਲਿਖ ਰਿਹਾ ਹੈ ਕਿ ਉਹ ਆਪਣੇ ਦ੍ਰਿਸ਼ਟੀਕੋਣ ਬਾਰੇ ਅਵੇਅਰ ਹੈ, ਵੀ ਉਹ ਉਹਦੀ ਸੁਰਤ ਦੇ ਵਿੱਚ ਇਹ ਗੱਲ ਆ ਰਹੀ ਆ ਵੀ ਉਸਨੇ ਇਸ ਦ੍ਰਿਸ਼ਟੀਕੋਣ ਤੋਂ ਰਚਨਾ ਕਰਨੀ ਹੈ, ਜਾਂ ਕਿ ਜਿਹੜਾ ਆਲੋਚਕ ਹੈ ਉਹ ਬਾਅਦ ਵਿੱਚ ਉਹਦੀ ਰਚਨਾ ਨੂੰ ਕਿਸੇ ਇੱਕ ਪਰਟੀਕੁਲਰ ਦ੍ਰਿਸ਼ਟੀਕੋਣ ਦੇ ਵਿੱਚ ਫਿਕਸ ਕਰ ਦਿੰਦਾ ਹੈ, ਇਹ ਵੀ ਅਸੀਂ ਜਾਣਾਂਗੇ। ਅਤੇ ਜਾਂ ਫਿਰ ਉਹ ਜਿਵੇਂ ਕੋਈ ਵੀ ਕਵੀ ਆ ਵੀ ਉਹਦੀ ਵੀ ਉਹ ਜਦੋਂ ਲਿਖਦਾ ਆ ਉਹ ਕਿਹੜੇ ਸਮੇਂ ਨੂੰ ਚੁਣਦਾ ਆ ਲਿਖਣ ਲਈ, ਜਿਵੇਂ ਬਹੁਤ ਸਾਰੇ ਕਵੀ ਨੇ ਜਦੋਂ ਉਹਨਾਂ ਦੀਆਂ ਜੀਵਨੀਆਂ ਅਸੀਂ ਪੜ੍ਹਦੇ ਹਾਂ ਉਹਦੇ ਵਿੱਚ ਉਹ ਕਹਿੰਦੇ ਨੇ ਵੀ ਸਾਨੂੰ ਲਿਖਣ ਲਈ ਅੰਮ੍ਰਿਤ ਵੇਲਾ ਦਾ ਜਿਹੜਾ ਸਮਾਂ ਆ ਉਹ ਜ਼ਿਆਦਾ ਸੂਟ ਕਰਦਾ ਆ। ਜਿਵੇਂ ਨਾਨਕ ਸਿੰਘ ਪੰਜਾਬੀ ਦੇ ਨਾਵਲਕਾਰ ਨੇ ਉਹ ਆਪਣੀ ਜੀਵਨੀ ਵਿੱਚ ਸਵੈ ਜੀਵਨੀ ਵਿੱਚ ਲਿਖਦੇ ਆ ਵੀ ਜਦੋਂ ਉਹ ਕੋਈ ਨਾਵਲ ਲਿਖਦੇ ਨੇ ਤਾਂ ਉਹ ਪਹਾੜ ਵੱਲ ਜਾ ਕੇ ਲਿਖਦੇ ਨੇ, ਵੀ ਉਹ ਜ਼ਿਆਦਾਤਰ ਇਹ ਪਸੰਦ ਕਰਦੇ ਨੇ ਕਿ ਉਹ ਪਹਾੜ 'ਤੇ ਜਾਣ ਅਤੇ ਪਹਾੜ ਦੀ ਸੈਰ ਕਰਨ ਅਤੇ ਫਿਰ ਉੱਥੇ ਉਹਨਾਂ ਨੂੰ ਨਵੇਂ ਨਵੇਂ ਆਈਡੀਆਜ਼ ਆਉਂਦੇ ਨੇ ਅਤੇ ਉੱਥੇ ਉਹਨਾਂ ਦੀ ਲਿਖਣ ਪ੍ਰਕਿਰਿਆ ਵਿੱਚ ਉਹਨਾਂ ਨੂੰ ਸੌਖ ਮਹਿਸੂਸ ਹੁੰਦੀ ਆ। ਇਸੇ ਤਰ੍ਹਾਂ ਜਿਹੜੇ ਪੰਜਾਬੀ ਦੇ ਨਾਵਲਕਾਰ ਗੁਰਦਿਆਲ ਸਿੰਘ ਨੇ ਉਹ ਲਿਖਦੇ ਨੇ ਵੀ ਜਦੋਂ ਮੈਂ ਲਿਖਦਾ ਹਾਂ ਵੀ ਮੈਨੂੰ ਜਿਹੜਾ ਅੰਮ੍ਰਿਤ ਵੇਲਾ ਆ ਉਸ ਵੇਲੇ ਮੈਨੂੰ ਲਿਖਣਾ ਜ਼ਿਆਦਾ ਸੌਖ ਮਹਿਸੂਸ ਹੁੰਦੀ ਆ। ਅਤੇ ਇਸ ਜਦੋਂ ਅਸੀਂ ਕਿਸੇ ਵੀ ਸਿਰਜਣ ਪ੍ਰਕਿਰਿਆ ਨੂੰ ਇਹਦਾ ਜਾਣਨ ਦਾ ਸਾਡਾ ਪਰਪਜ਼ ਆ, ਜਦੋਂ ਅਸੀਂ ਕਿਸੇ ਵੀ ਲੇਖਕ ਦੀ ਸਿਰਜਣ ਪ੍ਰਕਿਰਿਆ ਨੂੰ ਜਾਣ ਲਵਾਂਗੇ ਵੀ ਉਹ ਸਾਡੇ ਨਾਲ ਆਪਣਾ ਐਕਸਪੀਰੀਅੰਸ ਸਾਂਝਾ ਕਰ ਲਊਗਾ ਫਿਰ ਸਾਨੂੰ ਉਹਦੀ ਲਿਖਤ ਪੜ੍ਹਨੀ ਹੋਰ ਸੌਖੀ ਹੋਏਗੀ, ਉਹਦੀ ਲਿਖਤ ਨੂੰ ਸਮਝਣਾ ਹੋਰ ਸਾਡੇ ਲਈ ਸੌਖਾ ਹੋਏਗਾ। ਅੱਜ ਦਾ ਜਿਹੜਾ ਪ੍ਰੋਗਰਾਮ ਆ ਸਿਰਜਣ ਪ੍ਰਕਿਰਿਆ ਇਹਦੇ ਦੋ ਪੜਾਅ ਹੋਣਗੇ। ਪਹਿਲੇ ਪੜਾਅ ਵਿੱਚ ਸਾਡੇ ਕੋਲ ਮੈਡਮ ਅਰਤਿੰਦਰ ਸੰਧੂ ਜੀ ਪਹੁੰਚੇ ਨੇ। ਅਰਤਿੰਦਰ ਸੰਧੂ ਜੀ ਬਹੁਪੱਖੀ ਸ਼ਖਸੀਅਤ ਦੇ ਮਾਲਕ ਨੇ, ਇਹਨਾਂ ਦੇ 15 ਕਾਵਿ ਸੰਗ੍ਰਹਿ ਹੁਣ ਤੱਕ ਸਾਡੇ ਕੋਲ ਪਹੁੰਚੇ ਨੇ ਪੰਜਾਬੀ ਸਾਹਿਤ ਜਗ ਵਿੱਚ, ਅਤੇ ਇਹਨਾਂ ਨੇ ਅਨੁਵਾਦ ਦਾ ਕਾਰਜ ਕੀਤਾ ਆ, ਇਸ ਦੇ ਨਾਲ ਹੀ ਇਹ ਵਾਰਤਕ ਵੀ ਲਿਖਦੇ ਨੇ, ਅਤੇ ਇਹਨਾਂ ਨੇ ਬਹੁਤ ਸਾਰੀਆਂ ਪੁਸਤਕਾਂ ਨੂੰ ਸੰਪਾਦਿਤ ਕੀਤਾ ਆ, ਅਤੇ ਇੱਕ ਸਾਹਿਤਕ ਪੱਤਰਿਕਾ ਏਕਮ ਵੀ ਇਹ ਤ੍ਰੈਮਾਸਿਕ ਪੱਤਰਿਕਾ ਆ ਜਿਹੜੀ ਇਹ ਕੱਢਦੇ ਨੇ, ਅਤੇ ਇਹਨਾਂ ਦੀਆਂ ਰਚਨਾਵਾਂ ਦਾ ਵੀ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਆ, ਅਤੇ ਨਾਲ ਦੀ ਨਾਲ ਇਹਨਾਂ ਦੀਆਂ ਰਚਨਾਵਾਂ ਦੇ ਉੱਤੇ ਵੱਖ ਵੱਖ ਯੂਨੀਵਰਸਿਟੀਆਂ ਵਿੱਚ ਖੋਜ ਕਾਰਜ ਵੀ ਹੋਇਆ ਆ। ਅਤੇ ਹੁਣ ਮੈਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਮੈਡਮ ਅਰਤਿੰਦਰ ਸੰਧੂ ਜੀ ਨੂੰ ਬੇਨਤੀ ਕਰਾਂਗੀ ਕਿ ਉਹ ਆਉਣ ਅਤੇ ਸਾਨੂੰ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਦੱਸਣ। ਸ਼ੁਕਰੀਆ ਰਾਜਪ੍ਰੀਤ ਜੀ, ਅਤੇ ਸ਼ੁਕਰੀਆ ਨਾਦ ਪ੍ਰਕਾਸ਼, ਸਰਦਾਰ ਜਗਦੀਸ਼ ਸਿੰਘ ਜੀ ਅਤੇ ਸਾਰੇ ਹੀ ਸਾਹਮਣੇ ਬੈਠੇ ਹੋਏ
ਕਲਮ ਨਾਲ ਜੁੜੇ, ਸਾਹਿਤ ਨਾਲ ਜੁੜੇ ਸਾਰੇ ਦੇ ਸਾਰੇ ਮੈਂਬਰ ਜਿਹੜੇ ਨਾਲ ਇਸ ਵੇਲੇ ਜੁੜੇ, ਉਹਨਾਂ ਸਭ ਦਾ ਸਵਾਗਤ ਮੇਰੇ ਵੱਲੋਂ ਅਤੇ ਨਾਲ ਸ਼ੁਕਰੀਆ ਕਿ ਆਪ ਰੂਬਰੂ ਹੋਣ ਦਾ ਮੌਕਾ ਦੇਣ ਵਾਸਤੇ। ਅਸਲ 'ਚ ਜਿਹੜੀ ਸਿਰਜਣ ਪ੍ਰਕਿਰਿਆ ਹੈ, ਮੈਂ ਸਮਝਦੀ ਹਾਂ ਮੇਰੇ ਕੇਸ ਵਿੱਚ ਤਾਂ ਇਹ ਕੁਦਰਤ ਨਾਲ ਜ਼ਿਆਦਾ ਜੁੜੀ ਹੋਈ ਹੈ। ਜਿਵੇਂ ਕੀਟਸ ਨੇ ਕਿਹਾ ਹੈ ਕਿ ਜੇ ਕਵਿਤਾ ਇਸ ਤਰ੍ਹਾਂ ਨਹੀਂ ਆਉਂਦੀ ਜਿਵੇਂ ਦਰਖਤ ਦੇ ਪੱਤੇ ਤਾਂ ਫਿਰ ਉਹ ਨਾ ਹੀ ਆਵੇ ਤਾਂ ਚੰਗਾ। ਤੋ ਮੇਰਾ ਵੀ ਕੁਛ ਇਸ ਤਰ੍ਹਾਂ ਦਾ ਹੀ ਤਜਰਬਾ ਹੈ ਜਿਹੜਾ ਉਮਰ ਦਾ। ਕਵਿਤਾ ਤਾਂ ਮੈਂ ਸਕੂਲ ਵਿੱਚ ਪੜ੍ਹਦਿਆਂ ਲਿਖਦੀ ਸੀ, ਪਰ ਉਸ ਵੇਲੇ ਅਜੇ ਕੁਛ ਸਾਲ ਹੋਏ ਸਨ, ਮਤਲਬ ਮੈਂ ਤਕਰੀਬਨ 57-58 ਦੀ ਗੱਲ ਹੈ, 10 ਸਾਲ ਹੋਏ ਸਨ ਦੇਸ਼ ਆਜ਼ਾਦ ਹੋਏ। ਅਜੇ ਤੱਕ ਆਜ਼ਾਦੀ ਦਾ ਜਿਹੜਾ ਆਜ਼ਾਦੀ ਮਿਲੀ ਦਾ ਅੰਗਰੇਜ਼ਾਂ ਦਾ ਅਸਰ ਸੀ ਉਹ ਕਹਾਣੀਆਂ ਚੱਲਦੀਆਂ ਸੀ, ਤਾਂ ਅਸੀਂ ਵੀ ਉਸ ਤਰ੍ਹਾਂ ਦੀਆਂ ਕਵਿਤਾਵਾਂ ਲਿਖਦੇ ਸਨ। ਬਾਕੀ ਜੋ ਸਕੂਲ ਵਿੱਚ ਪੜ੍ਹਦੇ ਸਾਂ ਕਿਤਾਬ ਦੇ ਵਿੱਚ ਜਾਂ ਰਾਜਸਥਾਨ ਦੀਆਂ ਕਹਾਣੀਆਂ ਜਾਂ ਜੋ ਵੀ ਆਉਂਦਾ ਸੀ ਉਹਨਾਂ ਦਾ ਵੀ ਅਸਰ ਹੁੰਦਾ ਸੀ। ਤਾਂ ਇੱਕ ਇਹਦੇ ਨਾਲ ਇੱਕ ਬੜਾ ਵੱਡਾ ਜਿਹੜਾ ਮੌਕਾ ਮਿਲਦਾ ਹੈ ਬੱਚਿਆਂ ਨੂੰ ਸਕੂਲ ਵਿੱਚ, ਉਹ ਹੁੰਦਾ ਸ਼ਨਿਚਰਵਾਰ ਦੀ ਬਾਲ ਸਭਾ। ਉਹਦੇ ਵਾਸਤੇ ਹਰ ਵਾਰ ਚੇਚਾ ਕਵਿਤਾ ਲਿਖਣੀ, ਉਹ ਸੁਣਾਉਣੀ, ਅਤੇ ਫਿਰ ਉਦੋਂ ਇੰਨਾ ਕੁ ਸੀ ਕਿ ਉਹ ਕਵਿਤਾ ਉੱਥੇ ਹੀ ਖਤਮ ਹੋ ਜਾਣੀ ਕਿ ਹੁਣ ਇਹ ਪੜ੍ਹੀ ਗਈ ਆ ਬਸ ਇਹ ਖਤਮ ਹੈ। ਤਾਂ ਇੱਕ ਵਾਰ ਕਾਪੀ ਭਰ ਜਾਣੀ ਤਾਂ ਸੋਚਣਾ ਵੀ ਇਹ ਕਾਪੀ ਹੁਣ ਦੂਜੀਆਂ ਕਾਪੀਆਂ ਦੀ ਤਰ੍ਹਾਂ ਖਤਮ ਹੋ ਗਈ ਹੈ, ਤਾਂ ਉਹਨੂੰ ਰੱਦੀ 'ਚ ਜਦੋਂ ਦੇਣਗੇ ਰੱਦੀ ਦੇ ਦੇਣਾ। ਮਤਲਬ ਉਦੋਂ ਕਵਿਤਾ ਇਸ ਤਰ੍ਹਾਂ ਨਹੀਂ ਸੀ, ਉਦੋਂ ਕਵਿਤਾ ਇੱਕ ਜਨਰਲ ਚੱਲਦਾ ਫਿਰਦਾ ਵਰਤਾਰਾ ਹੀ ਆ। ਮੇਰੀ ਜਿਹੜੀ ਪਹਿਲੀ ਕਿਤਾਬ ਛਪੀ ਆ ਉਹ ਮੇਰੇ ਕਾਲਜ ਟਾਈਮ ਦੀਆਂ ਕਵਿਤਾਵਾਂ ਦੀ ਸੀ। ਇਹ ਸਿਲਸਿਲਾ ਕਾਲਜ ਟਾਈਮ 'ਤੇ ਮੇਰਾ ਇਸ ਤਰ੍ਹਾਂ ਹੀ ਚੱਲਿਆ। ਫਿਰ ਉਦੋਂ ਤਾਂ ਖਾਲਸਾ ਕਾਲਜ ਪੜ੍ਹਦੀ ਸੀ, ਕੰਨਿਆ ਮਹਾਵਿਦਿਆਲਿਆ ਮੈਂ ਪਹਿਲਾਂ 2 ਸਾਲ ਪੜ੍ਹੀ। ਮੈਂ ਸਾਇੰਸ ਸਟੂਡੈਂਟ ਰਹੀ ਹਾਂ ਅਤੇ ਸਾਇੰਸ ਦੀ ਅਧਿਆਪਕਾ ਵੀ ਰਹੀ ਹਾਂ, ਜਦੋਂ ਤੱਕ ਮੈਂ ਮੁੱਖ ਅਧਿਆਪਕਾ ਨਹੀਂ ਬਣੀ ਉਦੋਂ ਤੱਕ। ਤਾਂ ਸਾਇੰਸ ਦਾ ਕੁਦਰਤੀ ਗੱਲ ਹੈ ਵੀ ਉਹਨਾਂ ਵਰਤਾਰਿਆਂ ਨਾਲ ਵਸਦਾ ਰਿਹਾ, ਪਰ ਉਹਦੇ ਬਾਵਜੂਦ ਮੈਂ ਲਾਇਬ੍ਰੇਰੀ ਨਾਲ ਜੁੜੀ ਰਹੀ ਹਾਂ। ਜਿੱਥੇ ਵੀ ਰਹੀ ਹਾਂ ਲਾਇਬ੍ਰੇਰੀ ਦੀਆਂ ਅਲੱਗ ਅਲੱਗ ਵਿਧਾ ਦੀਆਂ ਕਿਤਾਬਾਂ ਨਾਲ ਮੇਰਾ ਵਾਸਤਾ ਲਗਾਤਾਰ ਰਿਹਾ ਹੈ। ਇੱਥੋਂ ਇੱਕ ਵਾਰ ਇਹੋ ਜਿਹਾ ਹੋਏ ਸੀ ਕਿ ਖਾਲਸਾ ਕਾਲਜ ਦੀ ਇੱਥੋਂ ਲਾਇਬ੍ਰੇਰੀ 'ਚੋਂ ਮੈਂ ਅਤੇ ਮੇਰੀ ਫਰੈਂਡ ਅਸੀਂ ਦੋਨੋਂ ਕਿਤਾਬਾਂ ਇਸ਼ੂ ਕਰਵਾਉਂਦੀਆਂ ਸੀ, ਜਦੋਂ ਅਸੀਂ ਵੇਖਣ ਲੱਗਣਾ ਆ ਵੀ ਪੜ੍ਹੀ ਆ ਵੀ ਪੜ੍ਹੀ, ਇਹੋ ਜਿਹਾ ਹਾਲ ਹੋ ਗਿਆ। ਮਤਲਬ ਸਾਇੰਸ ਪੜ੍ਹਦਿਆਂ ਪੜ੍ਹਦਿਆਂ ਨਾਲ ਉਹ ਰਾਬਤਾ ਬਣਿਆ ਰਿਹਾ, ਇਸ ਕਰਕੇ ਹੀ ਮੇਰਾ ਪੰਜਾਬੀ ਨਾਲ ਰਾਬਤਾ ਬਣਿਆ ਰਿਹਾ। ਵਰਨਾ ਮੈਂ ਜਦੋਂ 10ਵੀਂ ਕੀਤੀ ਆ ਉਦੋਂ ਪੰਜਾਬੀ ਨਹੀਂ ਸੀ, 5 ਸਬਜੈਕਟ ਸੀਗੇ ਤਾਂ ਮੈਂ ਸਾਇੰਸ ਦੇ ਹੀ ਲਏ ਸੀ ਅਤੇ ਪੰਜਾਬੀ ਨਹੀਂ ਸੀ ਪੜ੍ਹੀ। ਮੈਂ ਪੰਜਾਬੀ ਦਾ 10ਵੀਂ ਦਾ ਇਗਜ਼ਾਮ ਸਰਵਿਸ ਵਿੱਚ ਆ ਕੇ ਦਿੱਤਾ ਸੀ ਅਤੇ ਉਹਦੇ ਬਾਅਦ ਫਿਰ ਸਿੱਧਾ MA ਦਾ ਹੀ ਇਗਜ਼ਾਮ ਦਿੱਤਾ। ਮਤਲਬ ਸਰਵਿਸ ਵਿੱਚ ਆਉਣ ਦੇ 20 ਸਾਲ ਵਿੱਚੋਂ ਮੈਂ MA ਪੰਜਾਬੀ ਕੀਤੀ ਹੈ। ਉਹ ਵੀ ਸੀ ਕਿ ਪਹਿਲਾਂ ਮੈਂ ਅਸਲ 'ਚ ਪਹਿਲਾਂ ਕਿਉਂਕਿ ਪੰਜਾਬੀ ਨਾਲ ਇਹ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਜੁੜਨਾ ਹੈ। ਮੈਂ ਸੋਚਦੀ ਸੀ ਮੈਂ ਬੋਟਨੀ ਦੀ BSc ਕਰਨੀ ਆ, ਉਦੋਂ ਯੂਨੀਵਰਸਿਟੀ 'ਚ ਨਹੀਂ ਸੀ ਤਾਂ ਉਹ ਸਮਾਂ ਟਲਦਾ ਗਿਆ, ਪਰ ਜਦੋਂ ਫਿਰ ਜਦੋਂ ਤੱਕ 20 ਸਾਲ ਹੋ ਗਿਆ, ਮੇਰੀ ਬੇਟੀ 9th ਸੀ, ਫਿਰ ਮੈਨੂੰ ਪਤਾ ਲੱਗਾ ਕਿ ਹੁਣ ਤਾਂ ਮੈਂ ਸਾਇੰਸ ਨਹੀਂ ਪੜ੍ਹ ਸਕਦੀ। ਸੋ ਪੰਜਾਬੀ ਨਾਲ ਮੈਂ ਲਗਾਤਾਰ ਜੁੜੀ ਸੀ, ਇਸ ਕਰਕੇ ਪੰਜਾਬੀ ਦੀ MA ਉਦੋਂ ਹੋਈ ਅਤੇ ਉਹਦੇ ਨਾਲ ਮੈਂ ਦੁਬਾਰਾ ਇੱਕ ਵਾਰ ਫਿਰ ਜੁੜ ਗਈ ਸਾਹਿਤ ਨਾਲ, ਪੰਜਾਬੀ ਨਾਲ। ਤਾਂ ਉਸ ਤੋਂ ਵੀ ਬਾਅਦ ਅਜੇ ਤਕਰੀਬਨ ਜਿਹੜਾ ਮੇਰਾ ਮੈਰਿਜ ਤੋਂ ਬਾਅਦ ਦਾ ਸਾਰਾ ਸਮਾਂ ਸੀ ਉਹ ਮੇਰਾ ਜਿਸ ਤਰ੍ਹਾਂ ਮੈਨੂੰ ਸਮਰਪਿਤ ਹੋਣ ਦੀ ਆਦਤ ਹੈ ਆਪਣੇ ਜਿਹੜੇ ਸਾਰੇ ਕੰਮਾਂ ਨੂੰ, ਮੈਂ ਉਦੋਂ ਬਿਲਕੁਲ ਸਮਰਪਿਤ ਰਹੀ ਪਰਿਵਾਰ ਨੂੰ, ਬੱਚਿਆਂ ਲਈ। ਜਦੋਂ ਬੱਚੇ ਡਾਕਟਰ ਬਣ ਗਏ, ਉਹ ਆਪਣੇ ਪੇਸ਼ਾਵਾਂ 'ਤੇ ਚਲੇ ਗਏ, ਤਾਂ ਮੈਂ ਫਿਰ ਤੋਂ ਇੱਧਰ, ਮਤਲਬ ਸਮਝੋ ਇਹ ਇੱਕ ਰੁਕਿਆ ਹੋਇਆ ਵਹਾਅ ਸੀ ਜਿਹਨੂੰ ਮੈਂ ਕਈ ਵਾਰ ਆਪ ਰੋਕਿਆ ਕਿ ਮੇਰੇ ਕੋਲ ਸਮਾਂ ਨਹੀਂ ਹੈ, ਅਤੇ ਕਈ ਵਾਰ ਮੈਨੂੰ ਲੱਗਾ ਕਿ ਮੈਨੂੰ ਸ਼ਾਇਦ ਟੈਨਸ਼ਨ ਹੁੰਦੀ ਹੈ ਕਵਿਤਾ ਨਾਲ ਤਾਂ ਮੈਂ ਜੁੜੀ। ਲੇਕਿਨ ਉਹਦੇ ਪਿੱਛੋਂ ਜਦੋਂ ਜਿਉਂ ਹੀ ਮੈਨੂੰ ਮੇਰੇ ਟੀਚਰ ਨੇ ਕਿਹਾ ਕਿ ਕਵਿਤਾਵਾਂ ਜਿਹੜੀਆਂ ਪਈਆਂ ਉਹ ਸੰਭਾਲੀਆਂ ਹੀ ਜਾਣਗੀਆਂ ਕਿਤਾਬ 'ਚ ਪਾ ਲਓ, ਤਾਂ ਉਦੋਂ ਮੈਂ ਜੁੜੀ ਤਾਂ ਉਦੋਂ ਦੁਬਾਰਾ ਇਹ ਸਾਰਾ ਰਾਬਤਾ ਪੜ੍ਹਦਿਆਂ ਲੈਗਾ, ਫਿਰ ਤੋਂ ਜੁੜਿਆ ਗਿਆ। ਉਹਦੇ ਬਾਅਦ ਹੌਲੀ ਹੌਲੀ ਮੈਨੂੰ ਮਹਿਸੂਸ ਹੋਣ ਲੱਗਿਆ ਪਹਿਲਾਂ ਕਿ ਜਿਹੜੀ ਕਵਿਤਾ ਹੈ ਮੈਂ ਜਦੋਂ ਮੈਂ ਕੁਦਰਤ ਦੇ ਵਰਤਾਰੇ ਵੇਖਦੀ ਹਾਂ ਉਦੋਂ ਜ਼ਿਆਦਾ ਮੇਰੇ ਉਹ ਇੱਕ ਲਹਿਰ ਦੀ ਤਰ੍ਹਾਂ ਕੁਦਰਤ ਦੇ ਵਰਤਾਰੇ ਜਿਹੜੇ ਉਹ ਮੇਰੇ ਅੰਦਰ ਵਿਚਰਦੇ ਨੇ। ਅਤੇ ਬਹੁਤ ਸਾਰੀਆਂ ਕਵਿਤਾਵਾਂ ਜਿਹੜੀਆਂ ਨੇ ਉਹ ਕੁਦਰਤ ਦੇ ਬਾਰੇ ਹੈ, ਜਿਵੇਂ ਜਿਹੜੀ ਮੇਰੀ ਕਿਤਾਬ ਹੈ ਘਰ ਘਰ ਅਤੇ ਘਰ,
ਉਹ ਕੁਦਰਤ ਇੱਥੋਂ ਹੀ ਸ਼ੁਰੂ ਹੋਈ ਸੀ ਕਿ ਮੈਨੂੰ ਮਾਇੰਡ 'ਚ ਆਇਆ ਕਿ ਘਰ ਆਖਰ ਹੈ ਕੀ ਹੈ, ਕਿ ਹਰੇਕ ਕੀੜੇ ਮਕੌੜੇ ਨੂੰ ਵੀ ਘਰ ਚਾਹੀਦਾ, ਪੰਛੀ ਨੂੰ ਵੀ ਘਰ ਚਾਹੀਦਾ, ਚੌਪਾਇਆਂ ਨੂੰ ਵੀ ਕਿਤੇ ਨਾ ਕਿਤੇ ਗੁਫਾ ਕੋਈ ਰਹਿਣ ਵਾਸਤੇ, ਅਤੇ ਇਨਸਾਨ ਨੂੰ ਵੀ ਘਰ ਚਾਹੀਦਾ। ਤਾਂ ਉਹ ਫਿਰ ਇੱਥੇ ਸ਼ੁਰੂ ਹੋਇਆ ਕਿ ਜਦੋਂ ਮੇਰੇ ਮਾਇੰਡ 'ਚ ਆਇਆ ਕਿ ਜਦੋਂ ਧਰਤੀ ਸੂਰਜ ਤੋਂ ਅਲੱਗ ਹੋ ਕੇ ਆਈ ਹੈ, ਤਾਂ ਉਸ ਵੇਲੇ ਹੀ ਇਹ ਕੌਨਸੈਪਟ ਜਿਹੜਾ ਸੀ ਘਰ ਦਾ, ਐਕਚੁਅਲੀ ਉਹ ਕਨਸੀਵ ਹੋ ਗਿਆ ਸੀ। ਧਰਤੀ ਉਹ ਲੈ ਕੇ ਆਈ ਸੀ, ਕਿਉਂਕਿ ਜਦੋਂ ਕੋਈ ਅਲੱਗ ਹੁੰਦਾ ਕਿਸੇ ਤੋਂ, ਜਿਵੇਂ ਕੋਈ ਕੁੜੀ ਆਪਣੇ ਪੇਕਿਆਂ ਤੋਂ ਜਾਂਦੀ ਹੈ, ਤਾਂ ਉਹਦੇ ਪੇਕਿਆਂ ਦਾ ਸਾਰਾ ਕੁਛ ਉਹਦੇ ਅੰਦਰੋਂ ਨਹੀਂ ਨਿਕਲਦਾ। ਧਰਤੀ ਸਾਰੀਆਂ ਭਾਸ਼ਾਵਾਂ ਦੇ ਵਿੱਚ, ਸਾਰੇ ਦੇਸ਼ਾਂ 'ਚ ਧਰਤੀ ਨੂੰ ਮਾਦਾ ਹੀ ਮੰਨਿਆ ਜਾਂਦਾ ਹੈ। ਤਾਂ ਜਦੋਂ ਧਰਤੀ ਇਸ ਤਰ੍ਹਾਂ ਆਈ, ਤਾਂ ਉਹਦੇ ਅੰਦਰ ਵੀ ਸੂਰਜ ਨਾਲ ਜੁੜੇ ਰਹਿਣ ਦਾ ਵਿਰਾਗ ਵੀ ਸੀ, ਅਲੱਗ ਹੋਣ ਦਾ ਅਹਿਸਾਸ ਵੀ ਸੀ, ਅਤੇ ਨਾਲ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਦਾ ਖਿਆਲ ਵੀ ਸੀ। ਸੋ ਉਹ ਸੂਰਜ ਨਾਲ ਆਪਣੇ ਬੇਸ ਨਾਲ ਜੁੜੇ ਰਹਿਣ ਲਈ ਉਹ ਸੂਰਜ ਦੇ ਆਲੇ ਦੁਆਲੇ ਚੱਕਰ ਲਾਉਂਦੀ ਰਹੀ, ਅਤੇ ਆਪਣੇ ਆਪਣੀ ਐਗਜ਼ਿਸਟੈਂਸ ਨੂੰ ਯਾਦ ਰੱਖਣ ਵਾਸਤੇ ਆਪਣੀ ਧੁਰੀ ਦੁਆਲੇ ਚੱਕਰ ਲਾਉਣੇ ਸ਼ੁਰੂ ਹੋਏ। ਤਾਂ ਉੱਥੋਂ ਫਿਰ ਅੱਗੋਂ ਨਾਲ ਹੁੰਦਾ ਗਿਆ, ਫਿਰ ਮੈਨੂੰ ਖਿਆਲ ਆਇਆ ਕਿ ਘਰ ਤਾਂ ਇਨਸਾਨ ਦੇ ਧਰਤੀ ਦੇ ਆਉਣ ਤੋਂ ਪਹਿਲਾਂ ਵੀ ਬਣ ਰਿਹਾ ਸੀ, ਜਿਹੜੇ ਜੀਵ ਰਹਿ ਰਹੇ ਸੀ ਉਹ ਘਰ ਬਣਾ ਰਹੇ ਸੀ, ਸੋ ਘਰ ਧਰਤੀ ਦੇ ਆਉਣ ਨਾਲ ਹੀ ਸ਼ੁਰੂ ਹੋ ਗਿਆ। ਮਤਲਬ ਇੱਥੋਂ ਮੇਰੇ ਜਿਹੜਾ ਕੌਨਸੈਪਟ ਹੈ ਸਾਰੇ, ਉਹ ਨੇਚਰ ਤੋਂ ਹੀ ਸ਼ੁਰੂ ਹੁੰਦੇ ਨੇ। ਜਦੋਂ ਇੱਥੇ ਜਾਈਏ, ਇਹਦੇ ਵਿੱਚ ਕਿਸੇ ਨਾ ਕਿਸੇ, ਜਦੋਂ ਵੀ ਸੋਚਦੀ ਹਾਂ, ਕਿਸੇ ਨਾ ਕਿਸੇ ਤਰ੍ਹਾਂ ਕੁਦਰਤ ਜਿਹੜੀ ਹੈ ਉਹ ਆ ਜਾਂਦੀ ਹੈ ਕਵਿਤਾ ਦੇ ਵਿੱਚ, ਕਿਸੇ ਹੋਰ ਰੂਪ 'ਚ ਆ ਜਾਏਗੀ, ਹਵਾ ਦੇ ਰੂਪ 'ਚ ਆ ਜਾਏਗੀ। ਫਿਰ ਉਹਦੇ ਜੁੜੇ ਹੋਣ ਨਾਲ, ਮਤਲਬ ਮੇਰੀ ਉਹ ਪਹਿਲੀ ਕਿਤਾਬ ਜਦੋਂ ਛਪੀ ਸਿੱਧੇ ਜੁਰਮਾਂ ਨੂੰ, ਤਾਂ ਉਹਦੇ ਪਿੱਛੋਂ ਇਹ ਸਿਲਸਿਲਾ ਲਗਾਤਾਰ ਚੱਲਿਆ। ਉਹ ਕਿਉਂਕਿ ਇੰਨੇ ਸਾਲਾਂ ਦਾ ਜਿਹੜਾ ਰੁਕਿਆ ਹੋਇਆ ਸੀ ਸਿਲਸਿਲਾ, ਉਹਦੇ ਵਿੱਚ ਫਿਰ ਵੇਗ ਇੱਕਦਮ ਆਇਆ, ਤਾਂ ਲਗਾਤਾਰ ਕਵਿਤਾਵਾਂ ਲਿਖੀਆਂ ਗਈਆਂ, ਲਗਾਤਾਰ ਕਿਤਾਬਾਂ ਆਈਆਂ। ਤਾਂ ਪਰ ਇਹ ਵੀ ਨਾਲ ਸੀ ਕਿ ਮੇਰੀ ਇੱਕ ਕਿਤਾਬ ਤੋਂ ਬਾਅਦ ਦੂਸਰੀ ਕਿਤਾਬ ਵਾਰ ਰੁਝਾਨ ਜਿਹੜਾ ਉਹ ਬਦਲ ਜਾਂਦਾ ਰਿਹਾ ਸੀ। ਮੈਂ ਸਮਝਦੀ ਹਾਂ ਕਿ ਇਹ ਸਿਲਸਿਲਾ ਮੇਰਾ ਕੌਨਸ਼ੀਅਸ ਨਹੀਂ, ਇਹ ਸਬ ਕੌਨਸ਼ੀਅਸ ਹੈ, ਕਿਉਂਕਿ ਅਸੀਂ ਨੇਚਰ ਦਾ ਹਿੱਸਾ ਬਿਲਕੁਲ। ਸਾਰਾ ਬ੍ਰਹਿਮੰਡ ਜਿਹੜਾ ਹੈ, ਉਹਦੇ ਵਿੱਚ ਜੋ ਕੁਛ ਵੀ ਹੈ, ਉਹ ਸਾਰਾ ਸਾਡੇ ਅੰਦਰ ਹੈ, ਸਾਡੇ ਅੰਦਰ ਕਿਤੇ ਗਹਿਰਾ ਹੈ। ਅਸੀਂ ਮਤਲਬ ਜ਼ਿੰਦਗੀ ਭਰ ਅੰਦਾਜ਼ਾ ਨਹੀਂ ਲਾ ਸਕਦੇ ਕਿ ਅਸੀਂ ਸਾਡੇ ਅੰਦਰ ਕਿੰਨੀ ਗਹਿਰਾਈ, ਕਿੰਨੀਆਂ ਚੀਜ਼ਾਂ ਨੇ, ਉਹ ਸਾਰਾ ਕੁਛ ਸਾਡੇ ਅੰਦਰ ਹੈ, ਤਾਂ ਉਹ ਆਪਣੇ ਆਪਣੇ ਸਵੇ ਨਾਲ ਨਿਕਲਦਾ ਹੈ। ਜਿੱਥੋਂ ਤੱਕ ਕਵਿਤਾ ਦਾ ਖਿਆਲ ਹੈ, ਮੈਨੂੰ ਮੇਰਾ ਖਿਆਲ ਹੈ ਕਿ ਕਵਿਤਾ ਜਾਂ ਕੋਈ ਵੀ ਰਚਨਾ ਜਿਹੜੀ ਹੈ, ਉਹਦਾ ਇੱਕ ਬੱਚੇ ਦੇ ਜਨਮ ਲੈਣ ਵਰਗਾ ਹਿਸਾਬ ਹੁੰਦਾ ਹੈ ਕਿ ਉਹ ਕਵਿਤਾ, ਮੈਨੂੰ ਆਪਣੇ ਕੇਸ ਵਿੱਚ ਮੈਂ ਕਹਾਂ ਤਾਂ ਕਵਿਤਾ ਕਿਤੇ ਬਣ ਰਹੀ ਹੁੰਦੀ ਹੈ, ਜਦੋਂ ਉਹਦਾ ਟਾਈਮ ਹੈ, ਜਦੋਂ ਉਹਦੀ ਮਰਜ਼ੀ ਹੈ, ਉਹਨੇ ਆਉਣਾ ਹੈ, ਤਾਂ ਉਹਨੇ ਕਿਹੜੇ ਰੂਪ 'ਚ ਆਉਣਾ, ਇਹ ਵੀ ਉਹਦੀ ਮਰਜ਼ੀ ਹੋਣੀ ਹੈ। ਮਤਲਬ ਉਦੋਂ ਮੈਨੂੰ ਕਈ ਵਾਰ ਮਹਿਸੂਸ ਹੁੰਦਾ ਕਿ ਅਸੀਂ ਸਿਰਫ ਮੀਡੀਅਮ ਹੀ ਹਾਂ, ਇਹ ਜੋ ਕੁਛ ਕੁਦਰਤ ਦੇ ਵਰਤਾਰੇ, ਜੋ ਬ੍ਰਹਿਮੰਡ, ਜੋ ਵੀ ਨੇਚਰ ਉਹ ਬਣਾ ਰਹੀ ਹੈ, ਸਾਡੇ ਅੰਦਰ ਬਣ ਰਿਹਾ ਹੈ, ਅਤੇ ਆਪਣੇ ਹਿਸਾਬ ਨਾਲ ਹੁੰਦਾ। ਮੈਂ ਕਈ ਲੋਕਾਂ ਦਾ ਪੜ੍ਹਦੀ ਹਾਂ, ਬਹੁਤ ਸਾਰੇ ਲੋਕ ਕਹਿੰਦੇ ਸੀ ਮੈਂ ਸਵੇਰੇ 3 ਘੰਟੇ ਲਿਖਦਾ, ਕੁਝ ਦਿਨ ਪਹਿਲਾਂ ਬਲਬੀਰ ਪਰਵਾਨਾ ਨੇ ਕਿਹਾ ਮੈਂ ਸਵੇਰੇ 4 ਘੰਟੇ ਲਿਖਦਾ, ਤਾਂ ਮੈਨੂੰ ਹੈਰਾਨਗੀ ਹੁੰਦੀ ਹੈ ਕਿ ਮੈਂ ਕਦੀ ਵੀ ਇੰਝ ਨਹੀਂ ਲਿਖ ਸਕਦੀ। ਜੇ ਮੈਂ ਕਹਾਂ ਕਿ ਮੈਂ ਲਿਖਣਾ ਹੈ, ਤਾਂ ਮੈਂ ਇੱਕ ਅੱਖਰ ਵੀ ਨਹੀਂ ਲਿਖ ਸਕਦੀ। ਕਈ ਵਾਰ ਹਫ਼ਤੇ ਮਹੀਨੇ ਲੰਘ ਜਾਂਦੇ ਨੇ, ਕੁਛ ਵੀ ਨਹੀਂ ਲਿਖਿਆ ਜਾਂਦਾ, ਤਾਂ ਮੈਂ ਬਦੋ ਬਦੀ ਕਦੀ ਨਹੀਂ ਲਿਖਦੀ। ਹਾਂ, ਇਹ ਹੈ ਕਿ ਜਦੋਂ ਉਹੀ ਵਹਾਅ ਆਪਣੇ ਆਪ ਆਉਂਦਾ ਹੈ, ਤਾਂ ਉਦੋਂ ਲਿਖਿਆ ਜਾਂਦਾ ਹੈ। ਜਦੋਂ ਤੁਸੀਂ ਕੁਦਰਤ ਨਾਲ ਜੁੜਦੇ ਹੋ, ਫਿਰ ਮੈਨੂੰ ਕਈ ਵਾਰ ਕੁਦਰਤ ਦੇ ਵਰਤਾਰਿਆਂ ਇੰਝ ਲੱਗਦਾ ਕਿ ਉਹ ਸਾਡੇ ਨਾਲ ਇੰਟਰੈਕਟ ਕਰ ਰਿਹਾ। ਇੱਕ ਵਾਰ ਮੈਂ ਆਪਣੇ ਘਰ ਬਰਾਂਡੇ 'ਚ ਖੜੀ ਸੀ, ਜਿਵੇਂ ਹਨੇਰੀ ਆਉਂਦੀ ਹੈ, ਬਾਬਰੋਲੇ ਆਉਂਦੇ ਨੇ, ਇੱਕ ਬਾਬਰੋਲਾ ਜਿਹਾ ਆਇਆ, ਅਤੇ ਮੈਨੂੰ ਇੰਝ ਲੱਗਾ ਜਿਵੇਂ ਉਹਨੇ ਇੱਕਦਮ ਹੌਕਾ ਲਿਆ ਕਿਸੇ ਨੇ, ਇੱਕਦਮ ਉਹ ਇਸ ਤਰੀਕੇ ਨਾਲ ਹਵਾ ਮੁੜੀ ਕਿ ਮੈਨੂੰ ਲੱਗਾ ਕਿ ਇਹ ਤਾਂ ਬਹੁਤ ਵੱਡਾ ਹੌਕਾ ਲਿਆ ਇਹਨੇ। ਤਾਂ ਉਹਦੇ ਬਾਅਦ ਮੈਂ ਕਵਿਤਾ ਲਿਖੀ ਸੀ, ਹੌਕਿਆਂ ਵਰਗੀ ਹਵਾ ਜਿਉਂ ਰੋ ਕੇ ਆਈ ਹੈ, ਜਾਂ ਕਿਸੇ ਰੋਏ ਦੇ ਸਾਹ 'ਚੋਂ ਹੋ ਕੇ ਆਈ ਹੈ, ਆਪਣੇ ਚੱਕਰ ਦੁਆਲੇ ਲਾ ਕੇ ਆਪਣੇ ਖਿਲਰੇ ਇਵੇਂ
ਗੁੰਝਲਾਂ ਸਾਹਾਂ 'ਚ ਜਿਉਂ ਪਰੋ ਕੇ ਆਈ ਹੈ। ਤਾਂ ਉਸ ਤਰੀਕੇ ਨਾਲ ਵਰਤਾਰੇ ਜਿਹੜੇ ਨੇ ਉਹ ਸਾਡੇ ਅੰਦਰੋਂ ਉੱਭਰਦੇ। ਜੇ ਮੈਂ ਕਵਿਤਾ ਦਾ ਕਹਾਂ ਤਾਂ ਇੱਕ ਕਿਤਾਬ ਮੈਂ ਜਿਹੜੀ ਉਹ ਚਰਚਾ ਮੈਂ ਲਿਆਈ ਇੱਕ ਕਿਤਾਬ ਕਿੱਥੋਂ ਆਉਂਦੀ ਕਵਿਤਾ, ਉਹਦੇ ਵਿੱਚ ਉਸ ਵੇਲੇ ਉਹ ਕਿਤਾਬ ਕੰਪੋਜ਼ ਹੋ ਰਹੀ ਸੀ, ਪਰਮਿੰਦਰ ਜੀ ਤੋਂ ਕੰਪੋਜ਼ ਕਰਾ ਰਿਹਾ ਸੀ। ਤਾਂ ਮੈਨੂੰ ਉਦੋਂ ਦਿਮਾਗ 'ਚ ਇੱਕਦਮ ਹੈਵੀ ਸੀ ਵਿਚਾਰ ਕਿ ਕਵਿਤਾ ਆਉਣੀ ਕਿੱਥੋਂ ਆ ਕਿਵੇਂ ਜਾਂਦੀ ਹੈ, ਸਡਨਲੀ ਸਾਨੂੰ ਜਿਹੜੀ ਗੱਲ ਸੋਚੀ ਵੀ ਨਹੀਂ ਹੁੰਦੀ ਉਹ ਕਿਸ ਤਰ੍ਹਾਂ ਆ ਜਾਂਦੀ ਹੈ। ਤਾਂ ਉਦੋਂ ਕਵਿਤਾਵਾਂ ਦੀ ਲੜੀ ਲਿਖੀ ਗਈ ਕਿੱਥੋਂ ਆਉਂਦੀ ਕਵਿਤਾ, ਮੈਂ ਉਹ ਸਾਂਝੀ ਕਰਨਾ ਚਾਹੂੰਗੀ। ਇਹਦੇ ਵਿੱਚ ਕੁਛ ਵੀ ਨਹੀਂ, ਇਹਦੇ ਵਿੱਚ ਸਿਰਫ ਸਮਝਣ ਵਾਲੀ ਜਾਂ ਜਾਣਨ ਵਾਲੀ ਗੱਲ, ਮੈਂ ਨਹੀਂ ਸਮਝਦੀ ਕਿ ਕਿਸੇ 'ਚ ਸਮਝ ਘੱਟ ਹੁੰਦੀ ਹੈ, ਸਮਝ ਹਰੇਕ ਵਿੱਚ ਹੁੰਦੀ ਹੈ ਆਪਣੇ ਆਪਣੀ ਤਰ੍ਹਾਂ ਦੀ, ਸਿਰਫ ਉਹਦੇ ਰੰਗ ਵੱਖਰੇ ਹੁੰਦੇ ਨੇ। ਤਾਂ ਆਪਣੇ ਬਾਰੇ ਮੈਨੂੰ ਕਦੇ ਨਹੀਂ ਲੱਗਾ ਵੀ ਮੈਨੂੰ ਬਹੁਤ ਕੁਛ ਪਤਾ ਲੱਗ ਗਿਆ, ਰਾਦਰ ਮੈਂ ਵੇਖਦੀ ਹਾਂ ਕਿ ਹਰੇਕ ਬੰਦਾ ਹਰੇਕ ਬੱਚਾ ਵੀ ਜਿਹੜਾ ਹੈ ਨਾ ਉਹ ਕਈ ਵਾਰ ਕੋਈ ਨਾ ਕੋਈ ਚੀਜ਼ ਸਾਡੇ ਤੋਂ ਵੱਧ ਜਾਣਦਾ ਹੁੰਦਾ ਹੈ। ਤਾਂ ਇਸ ਕਰਕੇ ਹਰੇਕ ਕੋਲੋਂ ਸਿੱਖਣ ਦਾ ਚਾਂਸ ਹੁੰਦਾ ਹੈ ਸਾਡਾ, ਤਾਂ ਮੈਂ ਹਰੇਕ ਤੋਂ ਸਿੱਖਣ ਦੀ ਕੋਸ਼ਿਸ਼ ਕਰਦੀ ਹਾਂ। ਕਦੀ ਵੀ ਕੰਪਲੀਟ ਜਾਂ ਮੈਂ ਆਪਣੇ ਆਪ ਨੂੰ ਸਮਝ ਨਹੀਂ ਸਕਦੀ ਕਿ ਮੈਂ ਪੂਰਾ ਲਿਖ ਲਿਆ ਜਾਂ ਸੈਟਿਸਫਾਈਡ ਹਾਂ। ਇਹ ਕਵਿਤਾ ਹੈ ਕਿੱਥੋਂ ਆਉਂਦੀ ਕਵਿਤਾ, ਕਿਸ ਦੇਸ਼ ਕਾਲ ਚੋਂ, ਖੁਸ਼ੀ ਜਾਂ ਮਲਾਲ ਚੋਂ, ਕਿਸ ਤਰ੍ਹਾਂ ਅਤੇ ਕਿਸ ਵੇਲੇ, ਕਿਵੇਂ ਅਤੇ ਕਿੱਥੋਂ ਆਉਂਦੀ ਕਵਿਤਾ, ਕੀ ਮਨ ਦੀਆਂ ਕੰਧਰਾਂ ਵਿੱਚ ਤੜਪ ਰਹੀ ਕਿਸੇ ਚਾਹਤ ਦੇ ਕਰਾਉਣ ਦੀ ਗੂੰਜ ਚੋਂ, ਜਾਂ ਟੁੱਟੇ ਖੰਭਾਂ ਦੀ ਅਣਮਾਣੀ ਪਰਵਾਜ਼ ਦੀ ਹੂਕ ਚੋਂ, ਕਿ ਖਲਾਅ 'ਚ ਘੁੰਮਦੇ ਬੇਬਸ ਬੇਮੁਹਾਰੇ ਹੌਕਿਆਂ ਦੇ ਵਿਸ਼ਾਲ ਕਾਰਵਾਂ 'ਚੋਂ, ਜਾਂ ਬਚਪਨ ਦੀ ਮਿੱਟੀ ਵਿੱਚ ਫੁੱਟਦੀਆਂ ਸਾਵੀਆਂ ਤਿੜਾਂ ਦੇ ਪੈਰਾਂ ਨਾਲ ਮਿੱਧੇ ਗਏ ਸਾਵੇਪਨ ਦੀ ਹਵਾੜ 'ਚੋਂ, ਜਾਂ ਫਿਰ ਜਵਾਨੀ ਦੇ ਅਹਿਸਾਸ ਅਤੇ ਅਮੋੜ ਵਲਵਲਿਆਂ ਦੀਆਂ ਟੁੱਟੀਆਂ ਤੰਦਾਂ ਦੇ ਖੁੱਸੇ ਰੇਸ਼ਮ 'ਚੋਂ, ਕਿ ਮਨ ਦਾ ਅੰਬਰ ਧੋਂਦੇ ਆਪਣੀ ਮਿੱਟੀ ਅੰਦਰ ਜੀਰ ਗਏ ਅਤੇ ਜ਼ੋਰੀ ਲੁੱਕੇ ਅਥਰੂਆਂ ਦੇ ਖਾਰੇਪਨ 'ਚੋਂ, ਜਾਂ ਰਿਸ਼ਤਿਆਂ ਦੀਆਂ ਟਾਲੀਆਂ ਦੀ ਨਿੱਤ ਤੀਰੀ ਚੀਰੀ ਜਾ ਰਹੀ ਗੂਲੀ ਹਰਿਆਵਲ ਦੇ ਸੁੱਕਣ 'ਚੋਂ, ਕਿ ਜ਼ਿੰਦਗੀ ਦੀ ਊਣ ਵਿੱਚ ਆਸਾਂ ਦੇ ਮਰਦੇ ਭਰੂਣਾਂ ਦੇ ਭਟਕਦੀ ਜੂਨ ਦੇ ਵਿਰਾਗ 'ਚੋਂ। ਮੈਂ ਇਹ ਲੰਬੀ ਹੈ, ਮੈਂ ਛੱਡ ਰਹੀ ਹਾਂ ਵਿੱਚੋਂ। ਜਾਂ ਕਿਸੇ ਤਿੱਤਲੀ ਦੇ ਪਰਾਂ ਦੇ ਛੂਹ ਕੇ ਨਿਕਲ ਜਾਣ ਨਾਲ ਹਵਾ ਨੂੰ ਹੋਈ ਗੁਦਗੁਦੀ 'ਚੋਂ, ਸਾਰੇ ਦੇਸ਼ਾਂ ਕਾਲਾਂ ਹਰ ਨਾਦ ਅਤੇ ਵਾਦ ਦੀ ਸ਼ਾਹਰਗ ਦੀ ਮਲਿਕਾ, ਹਰ ਨਾਦ ਅਤੇ ਵਾਦ ਦੀ ਸ਼ਾਹਰਗ ਦੀ ਮਲਿਕਾ, ਅਨੰਤ ਲੀਲਾ ਅਤੇ ਸਮੁੰਦਰਾਂ ਤੋਂ ਗਹਿਰੇ ਬ੍ਰਹਿਮੰਡਾਂ ਤੋਂ ਵਿਸ਼ਾਲ, ਮਨ ਦੇ ਖਬਰੇ ਕਿਹੜੇ ਗੋਸ਼ੀਆਂ ਵਿੱਚ ਘੁੰਮਦੀ, ਕਿਵੇਂ ਵੀ ਕਦੇ ਵੀ ਕਿਤੋਂ ਵੀ ਕਿਤੇ ਵੀ ਕਿਸੇ ਵੀ ਰੂਪ ਵਿੱਚ ਆ ਸਕਦੀ ਅਤੇ ਆਉਂਦੀ ਕਵਿਤਾ, ਜੋ ਮੇਰਾ ਮਤਲਬ ਆਪਣਾ ਆਪਣੇ ਤਜ਼ਰਬਾ ਹੈ ਕਵਿਤਾ ਨਾਲ, ਜੋ ਮੈਨੂੰ ਲੱਗਿਆ ਜਿਸ ਤਰ੍ਹਾਂ ਕਵਿਤਾ ਮੈਨੂੰ ਮਿਲਦੀ ਹੈ ਜਾਂ ਮੇਰਾ ਕਵਿਤਾ ਨਾਲ ਰਿਸ਼ਤਾ ਹੈ। ਫਿਰ ਜਦੋਂ ਜਿਸ ਤਰ੍ਹਾਂ ਮੈਂ ਇੱਕ ਨਾਲੇ ਕਵਿਤਾ ਜਿਹੜੀ ਮੇਰੇ ਇਸ ਤਰ੍ਹਾਂ ਵੀ ਹੈ ਕਿ ਮੇਰੀ ਕਵਿਤਾ ਵਿੱਚ ਜਿਹੜਾ ਲਿਖਿਆ ਗਿਆ ਨਾ ਅਲੱਗ ਅਲੱਗ ਜਿਹੜੇ ਵਿਚਾਰ ਨੇ ਉਹਨਾਂ ਵਿੱਚ ਨਾਲ ਇਹ ਵੀ ਹੈ ਕਿ ਇਹਦੀ ਕਵਿਤਾ ਵਿੱਚ ਬੌਧਿਕਤਾ ਹੈ, ਕੁਛ ਇਲਜ਼ਾਮ ਵੀ ਹੈ ਨੇ ਕਿ ਕਈਆਂ ਨੇ ਮੈਨੂੰ ਮੂੰਹ 'ਤੇ ਵੀ ਕਿਹਾ ਕਿ ਤੇਰੇ ਕਿ ਪਿੱਤਰ ਸੱਤਾ ਪ੍ਰਤੀ ਗੁੱਸਾ ਨਹੀਂ ਹੈ, ਪਿੱਤਰ ਸੱਤਾ ਪ੍ਰਤੀ ਗੁੱਸਾ ਜਿਹੜਾ ਹੈ ਉਹ ਜ਼ਰੂਰੀ ਨਹੀਂ ਕਿ ਆਪਾਂ ਗਾਲਾਂ ਕੱਢ ਕੇ ਹੀ ਉਹਨੂੰ ਜ਼ਾਹਰ ਕਰੀਏ ਆਪਣੇ ਗੁੱਸੇ ਨੂੰ। ਮੇਰੇ ਵਾਸਤੇ ਜਿਹੜੇ ਕਵਿਤਾ ਵਾਸਤੇ ਜਾਂ ਕਿਤੇ ਵੀ ਮੈਂ ਭਾਵੇਂ ਵਾਰਤਕ ਵੀ ਲਿਖਦੀ ਹੋਵਾਂ, ਮੈਨੂੰ ਹਾਰਸ਼ ਵਰਡ ਜਿਹੜੇ ਨੇ ਉਹ ਨਹੀਂ ਮੈਂ ਵਧ ਸਕਦੀ, ਉਹ ਮੈਨੂੰ ਖੁਦ ਹਰਟ ਕਰਦੇ ਨੇ ਜਿਹੜੇ ਮਤਲਬ ਕੌੜੇ ਸ਼ਬਦ ਆ। ਕਿਉਂ ਸਭ ਕੇ ਜਦੋਂ ਕਵਿਤਾ ਹੈ, ਕਵਿਤਾ ਤਾਂ ਖਾਸ ਕਰਕੇ ਕਰੂੰ ਮੇਰੇ ਮਤਲਬ ਹਿਸਾਬ ਨਾਲ ਤਾਂ ਕਵਿਤਾ
ਨੂੰ ਬਿਲਕੁਲ ਹਾਰਸ਼ ਵਰਡ ਜਿਹੜੇ ਨੇ ਜਿਹੜੇ ਚੁੱਭਦੇ ਨੇ ਕਿਸੇ ਨੂੰ ਉਹ ਨਹੀਂ ਐਡਜਸਟ ਕਰਦੇ ਹੁੰਦੇ ਕਵਿਤਾ ਦੇ ਵਿੱਚ, ਨਾ ਕਵਿਤਾ ਉਹ ਮੇਰੇ ਹਿਸਾਬ ਨਾਲ ਪਾਉਂਦੇ ਨਹੀਂ ਹੈ। ਸੋ ਮੈਂ ਕਦੀ ਉਹ ਵਰਤ ਨਹੀਂ ਸਕਦੀ। ਤਾਂ ਜਦੋਂ ਜਿਹੜਾ ਪਿੱਤਰ ਸੱਤਾ ਹੈ ਉਹਦੇ ਬਾਰੇ ਵੀ ਜਦੋਂ ਅਸੀਂ ਲਿਖਣਾ ਹੈ ਤਾਂ ਉਸ ਤਰੀਕੇ ਨਾਲ ਨਹੀਂ ਮੈਂ ਕਦੀ ਵੀ ਲਿਖ ਸਕਦੀ, ਨਾ ਲਿਖ ਸਕੀ ਹਾਂ ਕਿ ਜਿਵੇਂ ਕੋਈ ਕਿਸੇ ਨੂੰ ਭੇੜੀਆ ਕਹਿ ਦਿਓ, ਕਿਸੇ ਨੂੰ ਕੁੱਤਾ ਕਹਿ ਦਿਓ, ਕਿਸੇ ਨੂੰ ਜਾਨਵਰ ਕਹਿ ਦਿਓ, ਬਿਲਕੁਲ ਨਹੀਂ। ਕਿ ਜੇ ਸਾਡੇ ਸ਼ਬਦਾਂ ਕੋਲ ਆਪਣੇ ਅਹਿਸਾਸ ਨੂੰ, ਆਪਣੇ ਦੁੱਖ ਨੂੰ, ਆਪਣੇ ਦਰਦ ਨੂੰ ਬਿਆਨ ਕਰਨ ਵਾਸਤੇ ਕੋਈ ਸੋਝ ਵਾਲੇ ਸ਼ਬਦ ਨਹੀਂ ਹੈਗੇ, ਕਿ ਜਿਹੜੇ ਸ਼ਬਦ ਔਖੇ ਵੀ ਨਾ, ਕੌੜੇ ਵੀ ਨਾ ਹੋਣ, ਸਖਤ ਵੀ ਨਾ ਹੋਣ, ਅਤੇ ਉਹ ਸਾਡਾ ਦਰਦ ਪਹੁੰਚਾ ਦੇਣ। ਜੇਕਰ ਉਹ ਨਹੀਂ ਕਰ ਸਕਦੇ ਤਾਂ ਫਿਰ ਸਾਨੂੰ ਲਿਖਣ ਦੀ ਕੀ ਲੋੜ ਹੈ, ਫਿਰ ਅਸੀਂ ਕੀ ਲਿਖਦੇ ਹਾਂ। ਸ਼ਬਦਾਂ ਵਿੱਚ ਇੰਨੀ ਕੁ ਤਾਕਤ ਹੋਣੀ ਚਾਹੀਦੀ ਹੈ ਕਿ ਅਹਿਸਾਸ ਜਿਹੜੇ ਇੱਕ ਜਣੇ ਦੇ ਉਹ ਪਹੁੰਚ ਜਾਣ। ਮੈਂ ਕੁਛ ਦਿਨ ਪਹਿਲਾਂ ਇੱਕ ਕਹਾਣੀ ਪੜ੍ਹੀ, ਕਹਾਣੀਆਂ ਵੀ ਬਹੁਤ, ਕਿਉਂਕਿ ਕਵਿਤਾਵਾਂ ਮੈਗਜ਼ੀਨ ਕਰਕੇ ਬਹੁਤ ਸਾਰੀਆਂ ਕਿਤਾਬਾਂ ਆਉਂਦੀਆਂ ਨੇ, ਤਾਂ ਮੈਂ ਜਿਹੜੀ ਕਿਤਾਬ ਵੱਖਰੀ ਹੈ ਗੱਲ ਹੈ ਵੀ ਕਈ ਕਿਤਾਬਾਂ ਦਾ ਫਟਾਫਟ ਥੋੜ੍ਹਾ ਪੜ੍ਹ ਕੇ ਪਤਾ ਲੱਗਦਾ, ਕਈ ਹੈ ਕਿ ਪੂਰੀਆਂ ਪੂਰੀਆਂ ਪੜ੍ਹੀਆਂ ਜਾਂਦੀਆਂ। ਪਿਛਲੇ ਜਿਹੇ ਦਿਨਾਂ 'ਚ ਮੈਂ ਬਹੁਤ ਕਿਤਾਬਾਂ ਪੜ੍ਹੀਆਂ, ਤਾਂ ਮੈਂ ਵੇਖਦੀ ਹਾਂ ਕਿ ਜਿਹੜੀ ਚੰਗੀ ਕਹਾਣੀ ਹੈ ਜਾਂ ਚੰਗੀ ਕਵਿਤਾ ਹੈ ਉਹ ਇੱਕ ਵਾਰ ਪੜ੍ਹਿਆ ਤੁਹਾਡੇ ਮਨ ਵਿੱਚ ਆਪਣੀ ਜਗ੍ਹਾ ਬਣਾ ਲੈਂਦੀ ਹੈ। ਵੈਸੇ ਡਾਕਟਰੀ ਅਸੂਲ ਹੈ ਸਾਡੇ ਸਰੀਰ ਮੁਤਾਬਕ ਵੀ ਕਿ ਕੋਈ ਵੀ ਫੋਰਨ ਪਾਰਟੀਕਲ ਜਿਹੜਾ ਹੈਗਾ ਉਹ ਸਰੀਰ ਦੇ ਵਿੱਚ ਬਹੁਤ ਛੇਤੀ ਐਡਜਸਟ ਹੋ ਜਾਂਦਾ ਅਤੇ ਸਰੀਰ ਉਹਨੂੰ ਮਤਲਬ ਜਗ੍ਹਾ ਦੇ ਦਿੰਦਾ ਅਤੇ ਉਹ ਐਡਜਸਟ ਹੋ ਜਾਂਦਾ। ਸਾਡੇ ਸਰੀਰ 'ਚ ਬਹੁਤ ਸਾਰੀਆਂ ਚੀਜ਼ਾਂ ਉਮਰ ਭਰ ਪਈਆਂ ਰਹਿੰਦੀਆਂ ਨੇ। ਇਸ ਤਰ੍ਹਾਂ ਇਹੀ ਹਾਲ ਇਹਦਾ ਹੈ ਕਿ ਜਿਹੜੀ ਵੀ ਕੋਈ ਵੀ ਚੀਜ਼ ਹੈ ਉਹ ਮਤਲਬ ਆਪਣੀ ਜਗ੍ਹਾ ਬਣਾ ਲੈਂਦੀ ਹੈ ਅਤੇ ਐਡਜਸਟ ਕਰ ਲੈਂਦੀ ਹੈ। ਤੋ ਉਸ ਹਿਸਾਬ ਨਾਲ ਮੇਰਾ ਜਿਹੜਾ ਕਵਿਤਾ ਦਾ ਜਾਂ ਕਹਾਣੀ ਦਾ ਜਾਂ ਵਾਰਤਕ ਦਾ ਸਾਰਾ ਸਿਸਟਮ ਚੱਲਦਾ ਰਿਹਾ। ਹਾਂ, ਮੈਂ ਹੁਣ ਮਹਿਸੂਸ ਕਰਦੀ ਹਾਂ ਕਿ ਸ਼ੁਰੂ ਸ਼ੁਰੂ ਦੇ ਦਿਨਾਂ ਵਿੱਚ ਜਦੋਂ ਕੁਛ ਲਿਖਿਆ ਜਾਂਦਾ ਸੀ ਤਾਂ ਮੈਂ ਉਹਦੇ ਨਾਲ ਇੰਨੀ ਜ਼ਿਆਦਾ ਅਟੈਚ ਹੁੰਦੀ ਸੀ ਕਿ ਉਹਦੇ ਸ਼ਬਦ ਮੈਨੂੰ ਲੱਗਦਾ ਸੀ ਕਿ ਉਹਦਾ ਸ਼ਬਦ ਉਹ ਦੁਖਦੀ ਹੈ, ਜਿਵੇਂ ਮੈਂ ਉਹਦੇ ਕੋਈ ਸ਼ਬਦ ਬਦਲ ਨਹੀਂ ਸੀ ਸਕਦੀ। ਬਹੁਤ ਦਿਨ, ਮਹੀਨਾ, ਦੋ ਮਹੀਨੇ, ਤਿੰਨ ਚਾਰ ਮਹੀਨੇ ਲੰਘ ਜਾਣੇ ਤਾਂ ਫਿਰ ਹੀ ਮੈਂ ਉਹਨੂੰ ਥੋੜ੍ਹਾ ਬਹੁਤ ਚੇਂਜ ਕਰ ਸਕਦੀ ਸੀ ਕਿਉਂਕਿ ਜ਼ਿਆਦਾ ਅਟੈਚ ਹੁੰਦੀ ਸੀ। ਪਰ ਵਿਦ ਦਾ ਪੈਸੇਜ ਆਫ ਟਾਈਮ ਇੰਝ ਨਹੀਂ ਹੈ ਕਿ ਹੁਣ ਵੀ ਸ਼ਬਦ ਤਾਂ ਉਸ ਤਰ੍ਹਾਂ ਨਹੀਂ ਆਉਂਦੇ ਨੇ, ਪਰ ਮੈਂ ਇਹ ਜ਼ਰੂਰ ਹੁੰਦਾ ਹੈ ਕਿ ਉਹ ਮੈਂ ਮਤਲਬ ਉਹਨੂੰ ਐਡਜਸਟ ਕਰਨ ਦੀ ਜਲਦੀ ਨਾਲ ਨਾਲ ਮੈਂ ਐਡਿਟ ਕਰੀ ਜਾਂਦੀ ਹਾਂ। ਹੁਣ ਮੋਬਾਈਲ ਦਾ ਇਹ ਫਾਇਦਾ ਹੋ ਗਿਆ ਕਿ ਕਾਪੀ ਪੇਸਟ ਕਰਕੇ ਤੁਸੀਂ ਫਿਰ ਰਚਨਾ ਨੂੰ ਕਰ ਰੱਖਦੇ ਹੋ। ਤਾਂ ਮੈਂ ਕਈ ਵਾਰ ਕੋਈ ਕਵਿਤਾ, ਕੋਈ ਵਾਰਤਕ ਦਾ ਪੀਸ 20-25 ਵਾਰ ਵੀ ਐਡਿਟ ਹੋ ਜਾਂਦਾ ਹੈ, ਕਿਉਂਕਿ ਹੁਣ ਜਿਵੇਂ ਮੈਂ ਉਸ ਕਵਿਤਾ 'ਤੇ ਜਿਹੜੀ ਕਵਿਤਾ ਪੜ੍ਹ ਰਹੀ ਸੀ ਉਹਦੇ ਵਿੱਚ ਅਗਲੇ ਪਾਰਟ ਵਿੱਚ ਇਹ ਵੀ ਹੈ ਕਿ ਕਵਿਤਾ ਜਿੱਥੋਂ ਸਫ਼ਰ ਕਰਕੇ ਆਉਂਦੀ ਹੈ ਉਹਦੀਆਂ ਉਹਦੇ ਕੱਪੜਿਆਂ 'ਤੇ, ਉਹਦੇ ਹੱਥਾਂ ਪੈਰਾਂ 'ਤੇ ਮਿੱਟੀ ਦੇ ਰੇਤ ਦੇ ਕਣ ਲੱਗੇ ਹੁੰਦੇ ਨੇ, ਕੰਢੇ ਲੱਗੇ ਹੁੰਦੇ ਨੇ, ਮੈਂ ਉਹਨੂੰ ਸਾਫ਼ ਕਰਦੀ ਹਾਂ। ਉਹ ਸਾਫ਼ ਕਰਨਾ ਹੈ, ਜਿਹੜੀ ਕਵਿਤਾ ਨੂੰ ਐਡਿਟ ਕਰਨਾ ਹੈ ਜਾਂ ਕਿਸੇ ਵੀ ਰਚਨਾ ਨੂੰ ਐਡਿਟ ਕਰਨਾ ਹੈ ਉਹ ਉਹਦੇ ਸਫ਼ਰ ਦੇ ਵਿੱਚ ਜੋ ਕੁਛ ਉਹਨੂੰ ਫੋਰਨ ਪਾਰਟੀਕਲ ਮਿੱਟੀ ਕੱਟਾ ਲੱਗ ਗਿਆ ਹੈ ਉਹਨੂੰ ਝਾੜਨਾ ਹੈ ਉਹਦੇ ਵਿੱਚ, ਤਾਂ ਕਿ ਜਦੋਂ ਤੱਕ ਤੁਹਾਨੂੰ ਤਸੱਲੀ ਨਹੀਂ ਹੋ ਜਾਂਦੀ। ਪਰ ਬਹੁਤਾ ਲੰਬਾ ਵੇਖੋ ਤਾਂ ਉਹ ਤਸੱਲੀ ਵੀ ਫਰ ਦਾ ਟਾਈਮ ਬੀਂਗ ਹੀ ਹੁੰਦੀਆਂ ਨੇ ਜ਼ਿਆਦਾਤਰ ਸਾਨੂੰ, ਫਿਰ ਕਈ ਵਾਰ ਲੱਗਣ ਲੱਗਦਾ ਕੁਝ ਦੇਰ ਬਾਅਦ ਕਿ ਇਹ ਹੋਰ ਬੈਟਰ ਹੋ ਸਕਦਾ ਸੀ। ਸੋ ਇਹ ਪ੍ਰੋਸੈਸ ਜਿਹੜਾ ਉਹ ਹਮੇਸ਼ਾ ਚੱਲਣ ਵਾਲਾ ਹੈ। ਕਦੀ ਵੀ ਮੈਨੂੰ ਅਜੇ ਤੱਕ ਤਾਂ ਨਹੀਂ ਕਦੀ ਲੱਗਾ ਕਿ ਸਾਰਾ ਕੁਛ ਕੰਪਲੀਟ ਹੈ, ਸਾਰਾ ਕੁਛ ਅੱਛਾ ਹੈ। ਜੇ ਕੋਈ ਦੂਸਰੇ ਉਹ ਤਾਰੀਫ ਵੀ ਕਰੇ ਤਾਂ ਮੈਨੂੰ ਲੱਗਦਾ ਹੁੰਦਾ ਕਈ ਵਾਰ ਇਹ ਰਾਦਰ ਹੈ ਮੇਰੇ ਵਿੱਚ ਕਮਜ਼ੋਰੀ ਹੈ ਸਮਝੋ, ਕਿ ਮੈਂ ਕਦੀ ਵੀ ਕਿਸੇ ਰਚਨਾ ਦੀ ਤਾਰੀਫ ਨੂੰ ਸੀਰੀਅਸਲੀ ਨਹੀਂ ਲਿਆ, ਸੱਚ ਨਹੀਂ ਸਮਝਿਆ। ਮੈਨੂੰ ਲੱਗਦਾ ਹੁੰਦਾ ਕਿ ਕਹਿਣਾ ਹੀ ਪੈਂਦਾ ਹੈ, ਕਹਿੰਦੇ ਆ ਠੀਕ ਹੈ ਕਹਿਣਾ ਪੈਂਦਾ, ਤਾਂ ਇਸ ਕਰਕੇ ਉਸ ਹਿਸਾਬ ਨਾਲ ਮੈਂ ਸੈਟਿਸਫਾਈਡ ਨਹੀਂ ਹੁੰਦੀ ਅਤੇ ਮੈਂ ਦੁਬਾਰਾ ਹੁਣ ਐਡਿਟ ਕਰਦੀ ਹਾਂ, ਫਿਰ ਪੜ੍ਹਦੀ ਹਾਂ, ਫਿਰ ਲਿਖਦੀ ਹਾਂ। ਜਿਹੜੀ ਮੇਰੀ ਵਾਰਤਕ ਦੀ ਕਿਤਾਬ ਹੈ ਜੜ੍ਹਾਂ ਦੇ ਵਿੱਚ ਵਿਚਾਲੇ, ਇਹ ਸਿਲਸਿਲਾ 2006 ਤੋਂ ਸ਼ੁਰੂ ਹੋਇਆ ਸੀ। ਕੁਛ ਲੇਖ ਲਿਖੇ ਹੋਏ ਸੀ ਉਹ ਸੰਖ ਵਿੱਚ, ਜਿਵੇਂ ਮੈਂ ਕਿਤਾਬ ਵਿੱਚ ਲਿਖਿਆ ਕਿ ਸੰਖ ਮੈਗਜ਼ੀਨ ਸੀ, ਉਹ ਵਿਸ਼ਾ ਦਿੰਦੇ ਸੀ ਤੁਹਾਨੂੰ ਕਿ ਇਸ ਵਿਸ਼ੇ ਬਾਰੇ ਲਿਖਣਾ ਲੇਖ, ਤਾਂ ਉਹਦੇ ਵਿੱਚ ਲਿਖੀਆਂ ਗਈਆਂ ਪਗਡੰਡੀਆਂ ਜਾਂ ਜੜ੍ਹਾਂ
ਜਾਂ ਪਾਣੀ, ਡਰ, ਕੁਰਾਈਏ, ਇਸ ਤਰ੍ਹਾਂ ਦੀਆਂ ਚੀਜ਼ਾਂ ਸੀ। ਤਾਂ ਉਹਨਾਂ ਬਾਰੇ ਲਿਖਦਿਆਂ ਉਦੋਂ ਮੈਨੂੰ ਜੋ ਜੋ ਲੱਗਾ, ਮੈਨੂੰ ਲੱਗਦਾ ਸੀ ਕਿ ਪਗਡੰਡੀਆਂ ਸਿਰਫ ਧਰਤੀ ਦੀਆਂ ਪਗਡੰਡੀਆਂ ਨਹੀਂ, ਉਹ ਸਾਡੇ ਵਿਚਾਰ ਦੀਆਂ ਪਗਡੰਡੀਆਂ ਨੇ। ਜਿਵੇਂ ਗੁਰੂ ਨਾਨਕ ਦੇਵ ਜੀ ਦੀਆਂ, ਜਿਵੇਂ ਉਹਨਾਂ ਦੀਆਂ ਉਹ ਪਗਡੰਡੀਆਂ 'ਤੇ, ਧਰਤੀ ਦੀਆਂ ਪਗਡੰਡੀਆਂ 'ਤੇ ਤਾਂ ਤੁਰੇ, ਲੇਕਿਨ ਉਹਨਾਂ ਦੇ ਮਨ ਵਿੱਚ ਜਿਹੜੀਆਂ ਸੋਚ ਵਿੱਚ ਪਗਡੰਡੀਆਂ ਸੀ ਉਹਨਾਂ ਦੇ ਮੁਤਾਬਕ ਤੁਰੇ। ਅਸੀਂ ਸਾਰੇ ਉਸ ਤਰ੍ਹਾਂ ਹੀ ਚੱਲਦੇ ਹਾਂ, ਜਿਵੇਂ ਹਰੇਕ ਦੀ ਆਪਣੀ ਸੋਚ ਹੈ, ਸਾਡੇ ਅੰਦਰ ਪਗਡੰਡੀਆਂ ਨੇ ਬ੍ਰਹਿਮੰਡ ਦੀਆਂ ਬਣੀਆਂ ਹੋਈਆਂ, ਅਤੇ ਅਸੀਂ ਉਹਨਾਂ ਮੁਤਾਬਕ ਚੱਲਦੇ ਹਾਂ। ਤਦ ਹੀ ਇੱਕ ਦੋ ਬੱਚੇ, ਇੱਕ ਘਰ ਦੇ ਵਿੱਚ ਪਲੇ ਹੋਏ ਦੋ ਬੱਚੇ ਜਿਹੜੇ ਨੇ, ਜਿਹਨਾਂ ਨੂੰ ਇੱਕੋ ਹੀ ਮਾਹੌਲ ਮਿਲਦਾ ਹੈ, ਇੱਕੋ ਜਿਹਾ ਖਾਣਾ ਪੀਣਾ ਮਿਲਦਾ ਹੈ, ਇੱਕੋ ਜਿਹਾ ਪਿਆਰ ਮਿਲਦਾ ਹੈ, ਉਹ ਇੱਕ ਦੂਜੇ ਤੋਂ ਵੱਖਰੇ ਹੁੰਦੇ ਨੇ। ਕਿਉਂਕਿ ਬੇਸਿਕਲੀ ਅਸੀਂ ਸਾਰੇ ਵੱਖਰੇ ਵੱਖਰੇ, ਇੱਕੋ ਜਿਹਾ ਤਾਂ ਹਾਂ ਲੇਕਿਨ ਵੱਖਰੇ ਵੀ ਹਾਂ। ਤਾਂ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਉਹ ਮਤਲਬ ਮੇਰੀ ਸੋਚ ਦਾ ਹਿੱਸਾ ਬਣਦੀਆਂ ਨੇ ਕਿ ਅਸੀਂ ਅਲੱਗ ਵੀ ਕਿਵੇਂ ਹਾਂ। ਪੇੜ ਪੌਦੇ, ਮਤਲਬ ਜਦ ਸਾਇੰਸ ਪੜ੍ਹਨ ਨਾਲ ਐਕਚੁਲੀ ਮੇਰੇ ਸੋਚ ਵਿੱਚ ਜ਼ਿਆਦਾ ਵਿਸ਼ਾਲਤਾ ਆਈ ਹੈ, ਕਿ ਉਦੋਂ ਮੈਨੂੰ ਹੁਣ ਪੌਦਿਆਂ ਦੇ ਬੋਟੈਨੀਕਲ ਨਾਮ ਵੇਖ ਕੇ ਮੈਨੂੰ ਯਾਦ ਆ ਜਾਂਦੇ ਹੈ, ਜਜ਼ਬਾਂ ਦੇ ਨਾਲ ਯਾਦ ਆ ਜਾਂਦੇ। ਤਾਂ ਜਦੋਂ ਅਸੀਂ ਇੰਨੀ ਡਾਇਵਰਸਿਟੀ ਵੇਖਦੇ ਹਾਂ ਤਾਂ ਉਹਦੇ ਨਾਲ ਕੁਦਰਤ ਨਾਲ ਹੋਰ ਬਥੇਰੇ ਜੁੜਦੇ ਹਾਂ। ਸਾਇੰਸ ਪੜ੍ਹਨ ਦਾ ਮੈਨੂੰ ਇਹ ਵੀ ਫਾਇਦਾ ਹੋਇਆ ਕਿ ਇੰਨੀ ਡਾਇਵਰਸਿਟੀ, ਕੁਦਰਤ ਵਿੱਚ ਇੰਨੀ ਵਿਸ਼ਾਲਤਾ, ਇੰਨੀ ਤਰ੍ਹਾਂ ਦੇ ਪੌਦੇ ਕਿ ਜ਼ੀਰੋ ਤੋਂ ਇੱਕ ਸੈੱਲ ਵਾਲੇ ਪੌਦਿਆਂ ਤੋਂ, ਇੱਕ ਸੈੱਲ ਵਾਲੇ ਜੀਵਾਂ ਤੋਂ ਹੁਣ ਤੱਕ ਦਾ ਜਿਹੜਾ ਸਫ਼ਰ ਹੈ, ਇਹਨਾਂ ਗੁੰਝਲਦਾਰ ਰਚਨਾਵਾਂ ਵਾਲੇ ਜੀਵ ਬਣਨਾ, ਇਨਸਾਨ ਬਣਨਾ, ਪੌਦਿਆਂ ਦੇ ਵੱਡੇ ਵੱਡੇ ਦਰਖਤ ਬਣਨਾ, ਇਹ ਸਾਰਾ ਸਫ਼ਰ ਜਦੋਂ ਤੁਸੀਂ ਪੜ੍ਹਦੇ ਹੋ ਇਹ ਕੁਦਰਤ ਦਾ ਸਫ਼ਰ ਹੈ, ਤਾਂ ਉਹ ਤੁਹਾਨੂੰ ਕੁਦਰਤ ਨਾਲ ਹੋਰ ਜੋੜਦਾ ਹੈ। ਤਾਂ ਉਹੀ ਜੋੜਨਾ, ਜਦੋਂ ਅਸੀਂ ਕੁਦਰਤ ਨਾਲ ਜੁੜਦੇ ਹਾਂ ਉਹਦੇ ਹਿਸਾਬ ਨਾਲ ਮੇਰਾ ਖਿਆਲ ਅਸੀਂ ਆਪਣੇ ਨਾਲ ਜੁੜਦੇ ਹਾਂ, ਕਿਉਂਕਿ ਸਾਡੇ ਅਸੀਂ ਵੀ ਕੁਦਰਤ ਹੀ ਹਾਂ, ਕੁਦਰਤ ਦਾ ਹਿੱਸਾ ਹੈ। ਤਾਂ ਅਸੀਂ ਜਦੋਂ ਕੁਦਰਤ ਨਾਲ ਜੁੜੇ ਹਾਂ, ਅਸੀਂ ਜੋ ਵੀ ਕਰਦੇ ਹਾਂ ਉਹ ਸਾਨੂੰ ਉਹ ਆਪਣੇ ਨਿਸ਼ਾਨੇ ਵੱਲ ਲੈ ਜਾਂਦਾ ਹੈ। ਤਾਂ ਇਸ ਕਰਕੇ ਮੇਰਾ ਜਿਹੜਾ ਰਚਨਾ ਪ੍ਰਕਿਰਿਆ ਉਹ ਇਹੋ ਹੀ ਹੈ। ਮੈਂ ਸਮਝਦੀ ਜੋ ਆ, ਮੈਂ ਇਹਨੂੰ ਕਦੀ ਥਿਊਰੀ 'ਚ ਨਹੀਂ ਐਕਚੁਲੀ ਮੈਂ ਕਦੀ ਕਹਿ ਸਕਦੀ, ਪਰ ਲੇਕਿਨ ਜਦੋਂ ਆਪਾਂ ਸਾਂਝੀਆਂ ਗੱਲਾਂ ਕਰ ਰਹੇ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਜਦੋਂ ਇਹ ਕਿਸੇ ਵੀ ਵੇਲੇ ਮੈਨੂੰ ਕੋਈ ਵੱਖਰਾ ਕਮਰਾ, ਵੱਖਰਾ ਮਾਹੌਲ, ਵੱਖਰਾ ਕਾਗਜ਼, ਕੁਛ ਕੁਛ ਵੀ ਨਹੀਂ ਚਾਹੀਦਾ ਹੁੰਦਾ। ਕਈ ਵਾਰ ਬੱਸ ਵਿੱਚ ਆਉਂਦਿਆਂ ਲਿਖਿਆ ਗਿਆ, ਕਈ ਵਾਰ ਟ੍ਰੇਨ ਵਿੱਚ ਲਿਖਿਆ ਗਿਆ, ਅਤੇ ਕਈ ਵਾਰ ਸੁੱਤਿਆਂ ਉੱਠ ਕੇ ਵੀ ਮੈਂ ਸਾਰੇ ਮਤਲਬ ਜੇ ਡਿਸਟਰਬ ਨਾ ਹੋਣ ਮੈਂ ਕਾਗਜ਼ ਪੈੱਨ ਲੈ ਕੇ ਬਾਥਰੂਮ 'ਚ ਜਾ ਕੇ ਵੀ, ਬਾਥਰੂਮ ਦੀ ਚੌਂਕੀ 'ਚ ਬੈਠ ਕੇ ਵੀ ਲਿਖਿਆ। ਕਈ ਵਾਰ ਕੁਛ ਲਿਖ ਰਹੀ ਹੁੰਦੀ ਹਾਂ, ਜੇ ਕੋਈ ਡਿਮਾਂਡ ਹੁੰਦੀ ਆ ਘਰਦਿਆਂ ਦੀ ਕਿਆ ਚਾਹੀਦਾ ਚਾਹੀਦਾ, ਤਾਂ ਮੈਂ ਰਸੋਈ ਵਿੱਚ ਵੀ ਕਾਗਜ਼ ਪੈੱਨ ਲੈ ਜਾਂਦੀ ਹਾਂ, ਤਾਂ ਨਾਲ ਨਾਲ ਕੰਮ ਕਰਦਿਆਂ ਉਹ ਮਤਲਬ ਲਿਖ ਕੇ ਜਾਂਦੀ ਹਾਂ। ਸੋ ਇਸ ਤਰ੍ਹਾਂ ਨਹੀਂ ਹੈਗਾ ਕੋਈ ਵੀ, ਮਤਲਬ ਮੈਂ ਜਿਵੇਂ ਵਿਚਾਰ ਦਾ ਵਹਾਅ ਹੈ ਉਹਦੇ ਹਿਸਾਬ ਨਾਲ ਹੀ ਆਉਂਦਾ। ਹਾਂ, ਵੱਖਰੀ ਗੱਲ ਹੈ ਕਿ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਉਹਨੂੰ ਦੁਬਾਰਾ ਥੋੜ੍ਹਾ ਬਹੁਤ ਚੇਂਜ ਕਰਨਾ, ਐਡਿਟ ਕਰਨਾ ਉਹ ਬਹੁਤ ਜ਼ਰੂਰੀ ਹੈ। ਹੁਣ ਜਿਵੇਂ ਬਹੁਤ ਸਾਰੇ ਮੈਂ ਵੇਖਿਆ, ਕਈ ਹੁਣੇ ਕੁਛ ਦਿਨ ਪਹਿਲਾਂ ਇੱਕ ਪ੍ਰੋਫੈਸਰ ਹੈ ਯੂਨੀਵਰਸਿਟੀ ਦੇ, ਉਹਨਾਂ ਮੈਨੂੰ ਕਹਾਣੀ ਭੇਜੀ ਆਪਣੀ, ਕਹਿੰਦੇ ਮੇਰੀ ਹੱਡ ਬੀਤੀ ਹੈ। ਤਾਂ ਉਹ ਕਹਾਣੀ ਵਿੱਚ ਜੇਲ੍ਹ ਵਿੱਚ ਮਤਲਬ ਕਿਸੇ ਆਪਣੇ ਬਿਨਾਂ ਦੋਸ਼ ਤੋਂ ਜੇਲ੍ਹ ਵਿੱਚ ਜਾਣਾ ਪਿਆ, ਤਾਂ ਉਹਦੇ ਨਾਲ ਕਾਫੀ ਸੁਰ ਜੋ ਕੋਈ ਸਜਾਵਾਂ ਪੁਲਿਸ ਵਾਲੇ ਜਿਵੇਂ ਡੀਲ ਕਰ ਰਹੇ ਜਿਵੇਂ ਦਿੰਦੇ, ਉਹ ਲੰਬਾ ਸਿਲਸਿਲਾ, ਉਹ ਜ਼ਿਆਦਾ ਲੰਬਾ ਸੀ। ਮੈਂ ਕਿਹਾ ਮੈਨੂੰ ਥੋੜ੍ਹਾ ਜਿਹਾ ਐਡਿਟ ਕਰ ਲੈਣ ਦਿਓ। ਉਹ ਕਹਿੰਦੇ ਨਹੀਂ, ਇਹ ਤਾਂ ਐਡਿਟ ਹੋ ਨਹੀਂ ਸਕਦੀ, ਇਹ ਤਾਂ ਜੋ ਅਸਲੀਅਤ ਹੈ ਇਹਨੂੰ ਹੋਣਾ ਨਹੀਂ, ਐਡਿਟ ਹੋਣਾ ਨਹੀਂ ਚਾਹੀਦਾ। ਮੈਂ ਕਿਹਾ ਚਲੋ ਮੈਂ ਦੁਬਾਰਾ ਪੜ੍ਹ ਲੂੰਗੀ। ਮੈਂ ਵੇਖਿਆ ਮਤਲਬ ਜਿਹੜਾ ਇਹ ਹੈ ਨਾ ਕਿ ਆਪਾਂ ਕਹੀਏ ਕਿ ਫਾਈਨਲ ਹੈ ਸਾਰਾ ਕੁਛ ਹੋ ਗਿਆ, ਇਹਦੇ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ, ਉਹ ਨਹੀਂ ਹੈ। ਅਸੀਂ ਦੇਖਦੇ ਹਾਂ ਕੁਦਰਤ ਵਿੱਚ ਵੀ ਤਬਦੀਲੀ ਲਗਾਤਾਰ ਚੱਲਦੀ ਹੈ, ਕੁਦਰਤ ਵਿੱਚ ਵੀ ਕੁਛ ਫਾਈਨਲ ਨਹੀਂ ਹੈ। ਉਹਦੇ ਵਿੱਚ ਇੱਕ ਲੇਖ ਜਿਹੜਾ ਦੇ ਵਿੱਚ ਵਿਚਾਲੇ ਕਿਤਾਬ ਵਿੱਚ ਲੇਖ ਹੈ ਰੱਜ, ਰੱਜ ਜੋ ਮੈਨੂੰ ਲੱਗਾ ਕਿ ਰੱਜ ਕਿਧਰੇ ਵੀ ਨਹੀਂ ਹੈ, ਕੁਦਰਤ ਵਿੱਚ ਕਿਧਰੇ ਰੱਜ ਨਹੀਂ। ਇੱਕ ਵਾਰ ਭਰਪੂਰ ਫੁੱਲ ਖਿੜਦੇ ਆ, ਫਿਰ ਝੜਦੇ ਆ, ਫਿਰ ਤੋਂ ਦੁਬਾਰਾ ਉਹਦੀ ਇੱਛਾ ਹੁੰਦੀ ਹੈ, ਦੁਬਾਰਾ ਫੁੱਲ ਖਿੜਦੇ ਨੇ, ਦੁਬਾਰਾ ਫਲ ਬਣਦੇ ਨੇ, ਦੁਬਾਰਾ ਉਹ ਸਾਰਾ ਸਿਲਸਿਲਾ ਜਿਹੜਾ ਹੈ ਜੋ ਕੁਦਰਤ ਦਾ ਸਿਲਸਿਲਾ ਉਹ ਸਾਡੇ ਸਾਰਿਆਂ ਵਿੱਚ ਚੱਲਦਾ ਹੈ। ਅਤੇ ਜਦੋਂ ਉਹ ਵਾਰ ਵਾਰ ਹੁੰਦਾ ਰੱਜ, ਜਿਹਨੂੰ ਅਸੀਂ ਪਰਫੈਕਟ ਰੱਜ ਗਈਏ, ਉਹ ਲਾਈਫ ਵਿੱਚ ਜਿਉਂਦੇ ਜੀ ਨਾ ਪੌਦੇ ਨਾ ਜੀਵ ਸਾਡੇ ਕਿਧਰੇ ਵੀ ਨਹੀਂ ਹੈਗਾ। ਇਸ ਕਰਕੇ ਜੇ ਕਹੀਏ ਕਿ ਅਸੀਂ ਬਹੁਤ ਮੈਂ ਆਪਣੇ
ਕੰਮ ਤੋਂ ਸੰਤੁਸ਼ਟ ਹਾਂ ਤਾਂ ਉਹ ਸਟੇਜ ਹਕੀਕਤ ਵਿੱਚ ਕਿਤੇ ਨਹੀਂ ਹੈ। ਕਿਉਂਕਿ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਸੰਤੁਸ਼ਟ ਮੰਨਾਂਗੇ ਅਸੀਂ ਗਰੋ ਨਹੀਂ ਕਰ ਸਕਾਂਗੇ। ਸੋ ਗਰੋ ਕਰਨ ਲਈ ਜ਼ਰੂਰੀ ਹੈ ਕਿ ਕੁਛ ਕਮੀਆਂ, ਕੁਛ ਖੋੜਾਂ, ਕੁਛ ਖਾਈਆਂ ਹਮੇਸ਼ਾ ਸਾਨੂੰ ਮਹਿਸੂਸ ਹੁੰਦੀਆਂ ਰਹਿਣ, ਤਾਂ ਅਸੀਂ ਉਹਨਾਂ ਨੂੰ ਭਰਦੇ ਰਹੀਏ, ਲਿਖਦੇ ਰਹੀਏ ਅਤੇ ਜਿਵੇਂ ਉਹਨਾਂ ਬਾਰੇ ਗੱਲ ਕਰਦੇ ਰਹੀਏ। ਕੁਛ ਦਿਨ ਪਹਿਲਾਂ ਦੀ ਕਵਿਤਾ ਸੀ ਕਿ ਅਸੀਂ ਮੈਨੂੰ ਨਿੱਕੀ ਜਿਹੀ ਕਵਿਤਾ ਸੀ ਕਿ ਜਦੋਂ ਅਸੀਂ ਕਿਸੇ ਨੂੰ ਯਾਦ ਵੀ ਕਰਦੇ ਹਾਂ ਕਿ ਜਦੋਂ ਇਹ ਲੱਗ ਰਿਹਾ ਹੁੰਦਾ ਕਿਸੇ ਨੂੰ ਯਾਦ ਕਰਦੇ ਹਾਂ ਕਿਸੇ ਅੰਦਰ ਦੀ ਖਾਈ ਦਾ ਉਦੋਂ ਅਨੁਵਾਦ ਕਰਦੇ ਹਾਂ ਕਿ ਸਾਨੂੰ ਕਮੀ ਮਹਿਸੂਸ ਹੁੰਦੀ। ਮੈਂ ਸਮਝਦੀ ਹਾਂ ਉਹ ਕਮੀ ਜਿਹੜੀ ਉਹ ਜ਼ਿੰਦਗੀ ਦੀ ਕਮੀ ਆ, ਜਦੋਂ ਤੱਕ ਅਸੀਂ ਕੁਛ ਮਹਿਸੂਸ ਨਹੀਂ ਕਰਦੇ ਅਸੀਂ ਕੁਛ ਸਿਰਜਣਾ ਨਹੀਂ ਕਰ ਸਕਦੇ। ਉਹਦੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਹਮੇਸ਼ਾ ਕੁਛ ਮਹਿਸੂਸ ਕਰਦੇ ਰਹੀਏ। ਅਤੇ ਮੇਰਾ ਖਿਆਲ ਹੈ ਕਿ ਜਿੰਨੇ ਆਪਾਂ ਬੈਠੇ ਹਾਂ ਆਪਾਂ ਇਸ ਗੱਲ ਨਾਲ ਸਹਿਮਤ ਹਾਂ ਕਿ ਅਸੀਂ ਹਮੇਸ਼ਾ ਮਹਿਸੂਸ ਕਰਦੇ ਹਾਂ। ਇੱਕ ਲਹਿਰ ਉੱਠਦੀ ਹੈ ਮਨ ਵਿੱਚ ਤਾਂ ਲਿਖਣ ਦੀ ਹੈ, ਜ਼ਰੂਰੀ ਨਹੀਂ ਕਿ ਉਹ ਤੁਹਾਡੇ ਮਤਲਬ ਕਵਿਤਾ ਵਾਸਤੇ ਹੀ ਹੋਵੇ। ਕੋਈ ਵਰਤਾਰਾ ਵੇਖਦੇ ਹਾਂ ਉਹਦੇ ਬਾਰੇ ਅਸੀਂ ਲਿਖਣਾ ਚਾਹੁੰਦੇ ਹਾਂ, ਉਹ ਵਾਰਤਕ ਦੇ ਰੂਪ ਵਿੱਚ ਹੋ ਸਕਦਾ। ਕੋਈ ਬੀਤੀ ਹੋਈ ਹੈ ਜਿਹਦੀ ਕੋਈ ਆਉਂਦੀ ਹੈ ਗੱਲ ਤਾਂ ਉਹ ਕਹਾਣੀ ਦੇ ਰੂਪ ਵਿੱਚ ਹੋ ਸਕਦੀ ਹੈ। ਇੱਕ ਕਹਾਣੀ ਮੇਰੀ ਕਹਾਣੀਆਂ ਦੀ ਕਿਤਾਬ ਹੈ, ਜੇ ਮੈਂ ਐਡਿਟ ਨਹੀਂ ਕੀਤੀ, ਕਹਾਣੀਆਂ ਪੰਜਾਬੀ ਟ੍ਰਿਬਿਊਨ ਛਪਦੀਆਂ ਰਹੀਆਂ ਨੇ ਪਰ ਉਹ ਵੱਖਰੀਆਂ ਉਸ ਤਰ੍ਹਾਂ ਪਈਆਂ। ਇੱਕ ਕਹਾਣੀ ਐਸੀ ਸੀ ਕਿ ਉਹ ਮੈਂ ਲਿਖਣੀ ਸ਼ੁਰੂ ਕੀਤੀ ਤਾਂ ਮੈਨੂੰ ਖੁਦ ਇੰਝ ਉਹਦਾ ਰੋਣਾ ਆ ਰਿਹਾ ਸੀ ਉਹ ਲਿਖਦਿਆਂ ਲਿਖਦਿਆਂ ਕਿ ਮੈਂ ਜਿਵੇਂ ਉਹ ਮੇਰੇ ਨਾਲ ਬੀਤੀ ਹੋਵੇ। ਉਹਨੂੰ ਕਿੰਨੇ ਦਿਨ ਮੈਂ ਹੁਣ ਵੀ ਉਹ ਪੜ੍ਹਨ ਲੱਗਾ ਨਾ, ਮੈਂ ਸੁਣਾਉਣ ਲੱਗਾ ਕਿਸੇ ਨੂੰ ਤਾਂ ਮੇਰਾ ਉਹੀ ਹਾਲ ਹੁੰਦਾ। ਮਤਲਬ ਕਈ ਵਾਰ ਕੋਈ ਚੀਜ਼ ਇੰਝ ਸਾਡੇ ਅੰਦਰੋਂ ਉੱਠ ਕੇ ਆਉਂਦੀ ਹੈ ਕਿ ਉਹ ਸਾਡੇ ਨਾਲ ਇੰਨੀ ਜੁੜਦੀ ਹੈ ਕਿ ਉਹ ਸਾਨੂੰ ਆਪਣੇ ਮਤਲਬ ਉਹ ਪਾਤਰ ਜਾਂ ਜੋ ਵੀ ਕਿਤੇ ਸਾਡੇ ਅੰਦਰੋਂ ਕਿਤੇ ਨਾ ਕਿਤੇ ਐਕਚੁਅਲੀ ਤਾਲਮੇਲ ਕਿਤੇ ਨਾ ਕਿਤੇ ਜੁੜਦਾ ਹਰ ਜਗ੍ਹਾ 'ਤੇ, ਤਾਂ ਹੀ ਅਸੀਂ ਉਹ ਲਿਖ ਸਕਦੇ ਹਾਂ। ਅੱਜ ਕੱਲ੍ਹ ਮੈਂ ਵਾਰਤਕ ਦੇ ਛੋਟੇ ਛੋਟੇ ਟੋਟੇ ਲਿਖਣੇ ਸ਼ੁਰੂ ਕੀਤੇ, ਉਹ ਜਿਹੜੇ ਜ਼ਿੰਦਗੀ ਦੀਆਂ ਯਾਦਾਂ ਜੋ ਜਿਹੜੀ ਜ਼ਿੰਦਗੀ ਲੰਘ ਚੁੱਕੀ ਹੈ। ਮੇਰਾ ਬਚਪਨ ਤਰਨ ਤਾਰਨ ਵਿੱਚ ਬੀਤਿਆ ਸੀ ਅਤੇ ਮੈਂ ਜੋ ਕੁਛ ਵੇਖਿਆ ਹੁਣ ਉਹ ਟੋਟਲੀ ਚੇਂਜ ਹੋ ਗਿਆ। ਜਿਹੜੇ ਲੋਕਾਂ ਦੇ ਵਿੱਚ ਸਦਭਾਵਨਾ ਸੀ, ਅਪਣੱਤ ਸੀ, ਉਪਰਿਆਂ ਨੂੰ ਵੀ ਅਪਣੱਤ ਨਾਲ ਅਪਣਾ ਲੈਣਾ, ਆਪਣੇ ਘਰ ਰੱਖ ਲੈਣਾ, ਉਹ ਸਾਰਾ ਕੁਛ ਖਤਮ ਹੋ ਗਿਆ, ਹੁਣ ਵਿਸ਼ਵਾਸ ਨਹੀਂ ਰਿਹਾ, ਤਾਂ ਉਹ ਮੈਂ ਲਿਖ ਰਹੀ ਹਾਂ। ਅਤੇ ਉਹਦੇ ਵਿੱਚ ਵੀ ਮੇਰਾ ਖਿਆਲ ਮੈਂ ਕਈ ਵਾਰ ਕੋਈ ਟੋਟਾ ਜਿਹੜਾ ਹੈ ਉਹਨੂੰ ਦਸ ਦਸ ਪੰਦਰਾਂ ਪੰਦਰਾਂ ਵਾਰ ਐਡਿਟ ਕਰ ਲੈਂਦੀ ਹਾਂ, ਕੁਛ ਦਿਨ ਪਿਆ ਰਹਿੰਦਾ ਫਿਰ ਮੈਂ ਉਹਨੂੰ ਕਰਦੀ ਹਾਂ। ਤਾਂ ਉਹ ਇਹ ਆ ਕਿ ਸੈਟਿਸਫਾਈ ਨਾ ਹੋਣ ਦੀ ਆਦਤ, ਉਹ ਮੈਨੂੰ ਕੋਈ ਖਾਮੀ ਸਮਝੇ ਜਾਂ ਕੋਈ ਸਮਝੇ, ਪਰ ਮੈਂ ਹੀ ਨਹੀਂ ਮੋਹਜੀਤ ਹੋਰਾਂ ਨੇ ਕਿਹਾ, ਮੋਹਜੀਤ ਹੋਰ ਕਹਿੰਦੇ ਆ, ਕਹਿੰਦੇ ਕਿ ਕੋਈ ਵੀ ਜਿਹੜੀ ਰਚਨਾ ਹੈ ਉਹਨੂੰ ਤੁਸੀਂ 20-25 ਦਿਨਾਂ ਪਿੱਛੋਂ ਇੰਝ ਡੀਲ ਕਰੋ ਜਿਵੇਂ ਜਲਾਦ ਵਾਂਗਰ ਉਹਨੂੰ ਕੱਟੋ, ਕਿ ਜੋ ਤੁਹਾਨੂੰ ਕਿਉਂਕਿ ਇਮੀਡੀਏਟਲੀ ਅਸੀਂ ਉਹਨੂੰ ਮਹਿਸੂਸ ਨਹੀਂ ਕਰ ਸਕਦੇ, ਅਸੀਂ ਵੀ ਜੁੜੇ ਹੋਣੇ ਨਾ ਕਿਤੇ ਨਾ ਕਿਤੇ ਉਹਦੇ ਨਾਲ, ਤਾਂ ਅਸੀਂ ਉਹਨੂੰ ਐਡਿਟ ਨਹੀਂ ਕਰ ਸਕਦੇ। ਉਹਨੂੰ ਐਡਿਟ ਕਰਨ ਲਈ ਸਮਾਂ ਜ਼ਰੂਰੀ ਹੈ ਕਿ ਕੁਛ ਦਿਨਾਂ ਪਿੱਛੋਂ ਥੋੜ੍ਹੇ ਤੁਸੀਂ ਡਿਟੈਚ ਹੋ ਜਾਂਦੇ ਹੋ, ਜਦੋਂ ਉਦੋਂ ਉਹਨੂੰ ਐਡਿਟ ਕਰੋ, ਇੱਕ ਵਾਰ ਕਰ ਲਓ, ਜੇ ਫਿਰ ਦੋ ਚਾਰ ਦਿਨ ਪਹਿਲਾਂ ਮਨ ਚ ਕਰੋ, ਇੱਕ ਪ੍ਰੋਸੈਸ ਜਿਹਾ ਚੱਲਦਾ ਰਹਿੰਦਾ ਨਾ ਮਾਇੰਡ ਵਿੱਚ ਕਿ ਹੁਣ ਉਹ ਸਾਡੇ ਘੁੰਮਦੀ ਰਹਿੰਦੀ, ਅਸੀਂ ਉਸ ਮੋਡ 'ਚ ਆ ਜਾਂਦੇ ਹਾਂ ਕਿ ਉਹਨੂੰ ਦੁਬਾਰਾ ਤੋਂ ਫਿਰ ਵੇਖੀਏ ਜਦੋਂ ਤੱਕ ਤੁਹਾਨੂੰ ਉਸ ਘੜੀ ਲੱਗਦਾ ਵੀ ਹੁਣ ਠੀਕ ਹੋ ਗਈ ਹੈ ਅਤੇ ਉਦੋਂ ਤੱਕ। ਸੋ ਇਹ ਜਿਹੜਾ ਮੈਂ ਸਮਝਦੀ ਹਾਂ ਕਿ ਐਡੀਟਿੰਗ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਅਤੇ ਰਚਨਾ ਨੂੰ ਕਾਹਲੀ ਦੇ ਨਾਲ ਜਿਹੜਾ ਪੋਸਟ ਕਰਦਾ, ਜਿਵੇਂ ਅੱਜ ਕੱਲ੍ਹ ਫੇਸਬੁੱਕ 'ਤੇ ਟ੍ਰੈਂਡ ਹੈ, ਦੋ ਲਾਈਨਾਂ ਲਿਖੀਆਂ ਪੋਸਟ ਹੋ ਗਈ, ਵਾਹ 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 ਸਿਰਾ ਜੀ ਸਿਰਾਤ ਜੀ ਮਤਲਬ ਲਾਜਵਾਬ ਜੀ, ਉਹ ਜਿਹੜੀ ਚੀਜ਼ ਹੈ ਨੁਕਸਾਨ ਪਹੁੰਚਾ ਰਹੀ ਹੈ ਸਾਹਿਤ ਨੂੰ, ਲਿਖਣ ਵਾਲਿਆਂ ਨੂੰ, ਕਿ ਉਹਨੂੰ ਅੱਗੇ ਨੂੰ ਜਦੋਂ ਤੱਕ ਜੇ ਸਮਝ ਨਹੀਂ ਕਿਸੇ ਨੂੰ ਦੋ ਲਾਈਨਾਂ ਦਿਮਾਗ 'ਚ ਆ ਗਿਆ ਲਿਖੀਆਂ ਤਾਂ ਉਹ ਫਿਰ ਸਮਝਦਾ ਕਿ ਮੈਂ ਤਾਂ ਪਰਫੈਕਟ ਹਾਂ। ਅਤੇ ਬਹੁਤ ਸਾਰੇ ਮੇਰੇ ਨਾਲ ਵਾਸਤਾ ਪੈਂਦਾ ਰਹਿੰਦਾ, ਬਹੁਤ ਰਚਨਾਵਾਂ ਆਉਂਦੀਆਂ ਨੇ ਮੇਲ 'ਤੇ ਔਰ ਲੋਕ ਇੱਕ ਨਹੀਂ 15-15-20 ਰਚਨਾਵਾਂ ਮੇਲ ਕਰੀ ਜਾਂਦੇ ਆ, ਮਤਲਬ ਮੇਲ ਇੰਨੀਆਂ ਮੇਲ, ਫਿਰ ਇੱਕ ਮੇਲ 'ਚ ਨਹੀਂ ਵੱਖਰੀਆਂ ਵੀ ਉਨੀਆਂ ਮੇਲਾਂ ਉਹ ਭਰਦਾ ਰਹਿੰਦਾ ਉਹਨਾਂ 'ਚ, ਮਤਲਬ ਮੇਰਾ ਮੋਬਾਈਲ ਤਾਂ ਉਸ ਹਿਸਾਬ ਨਾਲ ਮਤਲਬ ਕਾਹਲੀ ਪਈ ਹੁੰਦੀ ਹੈ। ਫਿਰ ਵਾਰ ਵਾਰ ਕਹੀ ਜਾਣਗੇ ਐਤਕਾ ਮੈਂ ਵੇਖਣਾ ਤੁਸੀਂ ਐਤਕਾ ਮੇਰੀ ਰਚਨਾ ਛਾਪਦੇ ਹੋ ਕਿ ਨਹੀਂ, ਤਾਂ ਮਤਲਬ ਉਹ ਜਿਹੜੀ ਭਾਵਨਾ ਹੈ ਜਦੋਂ ਅਸੀਂ ਮਤਲਬ ਮੈਂ ਸਮਝਦੀ ਹਾਂ ਕਿ ਮੈਂ ਅਜੇ ਆਪਣੇ ਆਪ ਨੂੰ ਉੱਥੇ ਹੀ ਸਮਝਦੀ ਹਾਂ ਕਿ ਜਿੱਥੋਂ ਮੈਂ ਚੱਲਣਾ ਹੈ, ਤਾਂ
ਚੱਲਣ ਵਾਸਤੇ ਸਿੱਖਣਾ ਹੈ। ਇਸ ਕਰਕੇ ਲਗਾਤਾਰ ਸਿੱਖਦੇ ਰਹੀਏ ਤਾਂ ਮੈਂ ਸਮਝੀ ਕਿ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਉਹ ਬੱਚੇ ਉਹ ਅਣਜਾਣ ਉਹ ਸਮਝਦੇ ਰਹਾਂਗੇ। ਜਿਸ ਤਰ੍ਹਾਂ ਨਿਊਟਨ ਨੇ ਕਿਹਾ ਸੀ ਕਿ ਇੰਨਾ ਵੱਡਾ ਵਿਗਿਆਨੀ ਹੋ ਕੇ ਉਹਨੇ ਕਿਹਾ ਸੀ ਕਿ ਮੈਂ ਸਮੁੰਦਰ ਦੇ ਮੈਂ ਇੱਕ ਬੱਚਾ ਕਿ ਜਿਹੜਾ ਸਮੁੰਦਰ ਦੇ ਕੰਢੇ ਤੋਂ ਗਿਆਨ ਦੇ ਘੋਗੇ ਸਿੱਪੀਆਂ ਇਕੱਠੇ ਕਰਦਾ ਹਾਂ। ਸੋ ਅਸੀਂ ਸਾਰੀ ਉਮਰ ਉਸ ਸਿਚੁਏਸ਼ਨ 'ਚ ਆਪਣੇ ਆਪ ਨੂੰ ਸਮਝੀਏ ਤਾਂ ਅਸੀਂ ਗਿਆਨ ਦੇ ਘੋਗੇ ਸਿੱਪੀਆਂ ਇਕੱਠੇ ਕਰਦੇ ਰਹਾਂਗੇ ਤਾਂ ਨਾਲ ਉਹ ਸਾਡੀਆਂ ਰਚਨਾਵਾਂ ਵਿੱਚ ਪਰੋਏ ਜਾਂਦੇ ਰਹਿਣਗੇ ਤਾਂ ਉਸ ਹਿਸਾਬ ਨਾਲ ਤਸੱਲੀ ਹੁੰਦੀ ਰਹੇਗੀ। ਤਾਂ ਵਿਸ਼ ਕਰਦੀ ਹਾਂ ਕਿ ਜਿੰਨੇ ਕੁ ਜਿਹੜੀਆਂ ਜੇ ਹੋਰ ਕੁਛ ਤੁਸੀਂ ਕੋਈ ਗੱਲ ਪੁੱਛਣੀ ਹੋਵੇ ਤਾਂ ਪੁੱਛ ਸਕਦੇ ਹੋ, ਜਿੰਨਾ ਕੁ ਮੇਰੇ ਦਿਮਾਗ 'ਚ ਆਇਆ ਇਸ ਵੇਲੇ ਗੱਲਾਂ ਹੋ ਗਈਆਂ, ਬਾਕੀ ਗੱਲਾਂ ਜੋ ਤੁਸੀਂ ਕਹੋਗੇ ਉਹ ਫਿਰ ਉਹ ਕਰਦੇ ਹਾਂ। ਸ਼ੁਕਰੀਆ। ਹੁਣ ਮੈਂ ਪ੍ਰੋਫੈਸਰ ਜਗਦੀਸ਼ ਸਿੰਘ ਹੋਣਾ ਜੀ ਨੂੰ ਬੇਨਤੀ ਕਰਾਂਗੀ ਕਿ ਉਹ ਮੰਚ 'ਤੇ ਆਉਣ ਅਤੇ ਆਏ ਹੋਏ ਸਾਰੇ ਪ੍ਰਬੰਧ ਸੱਜਣਾਂ ਦਾ ਧੰਨਵਾਦ ਕਰਨ। ਪ੍ਰੋਫੈਸਰ ਜਗਦੀਸ਼ ਸਿੰਘ ਜੀ, ਸਤਿਕਾਰਯੋਗ ਮੈਡਮ ਅਰਤਿੰਦਰ ਸੰਧੂ ਜੀ ਅਤੇ ਸਤਿਕਾਰਯੋਗ ਰਾਜ ਖੁਸ਼ਵੰਤ ਸਿੰਘ ਜੀ ਅਤੇ ਵਿਦਿਆਰਥੀ ਸਾਥੀਓ ਅਤੇ ਹੋਰ ਗੁਣੀਜਨ, ਅੱਜ ਅਸੀਂ ਇਹ ਦੂਜਾ ਆਪਣਾ ਸਿਰਜਣ ਪ੍ਰਕਿਰਿਆ ਦੇ ਸੰਬੰਧ ਵਿੱਚ ਪ੍ਰੋਗਰਾਮ ਕਰ ਰਹੇ ਹਾਂ। ਇਸ ਪ੍ਰੋਗਰਾਮ ਦਾ ਜਿਹੜਾ ਮੁੱਖ ਪ੍ਰਯੋਜਨ ਇਹ ਹੈ ਕਿ ਜਿਹੜੇ ਸਾਡੇ ਸੀਨੀਅਰ ਲੇਖਕ ਹਨ ਉਹਨਾਂ ਦੀ ਆਪਣੀ ਸਿਰਜਣ ਪ੍ਰਕਿਰਿਆ ਦੇ ਰਾਹੀਂ ਅਤੇ ਵਿਦਿਆਰਥੀਆਂ ਦੀ ਆਪਣੀ ਲਿਖਤ ਦੇ ਰਾਹੀਂ ਕਿਸ ਤਰ੍ਹਾਂ ਦੀ ਸਾਂਝ ਪਾਈ ਜਾਵੇ ਤਾਂ ਕਿ ਸਿਰਜਣਾ ਵੀ ਪ੍ਰਫੁੱਲਤ ਹੋਵੇ ਅਤੇ ਸਾਹਿਤ ਦੀ ਸਮਝ ਭਾਵ ਸੋਝ ਸ਼ਾਸਤਰ ਦਾ ਵੀ ਗਿਆਨ ਜਿਹੜਾ ਉਹਦੇ ਵਿੱਚ ਵਾਧਾ ਹੋਵੇ। ਸੋ ਇਹ ਪ੍ਰਕਿਰਿਆ ਜਿਹੜਾ ਆ ਬਖੂਬੀ ਜਿਹੜੀ ਆ ਅੱਗੇ ਵੱਧ ਰਹੀ ਹੈ। ਅੱਜ ਮੈਡਮ ਰਤਿੰਦਰ ਸੰਧੂ ਜੀ ਨੇ ਜਿਹੜਾ ਆਪਣਾ ਕ੍ਰੀਏਟਿਵ ਪ੍ਰੋਸੈਸ ਦੱਸਿਆ ਉਹਦੇ ਵਿੱਚ ਜਿਹੜੀ ਮੂਲ ਗੱਲ ਇਹ ਸੀ ਕਿ ਜਿਹੜਾ ਮਨੁੱਖ ਹੈ ਉਹ ਆਪਣੀਆਂ ਲੋੜਾਂ, ਸਮਾਜਿਕ ਲੋੜਾਂ ਜਾਂ ਜੋ ਵੀ ਵਰਤ ਵਿਹਾਰ ਦਾ ਸੰਸਾਰ ਹੈ ਉਹਦੇ ਵਿੱਚ ਉਹਦੀ ਚੇਤਨਾ ਜਿਹੜੀ ਹੈ ਇੱਕ ਕੰਡੀਸ਼ਨਿੰਗ ਦੇ ਵਿੱਚ ਰਹਿੰਦੀ ਹੈ, ਇੱਕ ਸ਼ੈਲ ਦੇ ਵਿੱਚ ਰਹਿੰਦੀ ਹੈ। ਸੋ ਉਸ ਤੋਂ ਮੁਕਤੀ ਲਈ ਉਹ ਕੁਦਰਤ ਦੇ ਵਿੱਚ ਜਾ ਕੇ ਆਪਣੇ ਮੂਲ ਦੀ ਤਲਾਸ਼ ਕਰ ਸਕਦਾ ਆ ਅਤੇ ਉਸ ਸ਼ੈਲ ਨੂੰ ਤੋੜ ਸਕਦਾ, ਭਾਵ ਆਪਣੀ ਚੇਤਨਾ ਨੂੰ ਸੀਮਤ ਕਰਦੀਆਂ ਸਾਰੀਆਂ ਪ੍ਰਕਿਰਿਆਵਾਂ ਤੋਂ ਮੁਕਤ ਹੋ ਸਕਦਾ ਆ। ਸੋ ਇਹਨਾਂ ਦੇ ਸਿਰਜਣ ਪ੍ਰਕਿਰਿਆ ਦਾ ਜਿਹੜਾ ਮੂਲ ਆਧਾਰ ਇਹ ਸੀ ਕਿ ਮਨੁੱਖ ਦੀ ਮੁਕਤੀ ਜਿਹੜੀ ਹੈ ਉਹ ਆਪਣੀਆਂ ਇਹਨਾਂ ਕੰਡੀਸ਼ਨਿੰਗਸ ਦੇ ਵਿੱਚੋਂ, ਇਹਨਾਂ ਬੰਧਨਾਂ ਦੀਆਂ ਜਕੜਾਂ ਦੇ ਵਿੱਚੋਂ ਮੁਕਤ ਹੋਣ ਲਈ ਕੁਦਰਤ ਦੇ ਵਿਸ਼ਾਲਤਾ ਦੇ ਸੰਬੰਧ ਦੇ ਵਿੱਚ ਆਵੇ। ਸੋ ਉਹਦੀ ਜਾਣਕਾਰੀ ਦੇ ਨਾਲ, ਕੁਦਰਤ ਦੇ ਰਿਸ਼ਤੇ ਦੇ ਨਾਲ ਉਹ ਆਪਣੇ ਮੂਲ ਤੱਕ ਪਹੁੰਚ ਸਕਦਾ ਹੈ। ਇਹ ਇੱਕ ਬੜਾ ਬੁਨਿਆਦੀ ਨੁਕਤਾ ਇਹਨਾਂ ਨੇ ਪੇਸ਼ ਕੀਤਾ। ਸੋ ਇਹਦੇ ਵਿੱਚ ਜਿਹੜੀ ਉਹਨਾਂ ਦੀ ਆਰਟਿਸਟਿਕ ਖੂਬੀ ਹੈ ਇਸ ਅਨੁਭਵ ਦੇ ਵਿੱਚ, ਉਹ ਇਹਨਾਂ ਦੀ ਇਹ ਖੂਬੀ ਸੀ ਕਿ ਜਿਹੜਾ ਅਧੂਰਾ ਪੜਨਾ, ਇਹਨਾਂ ਨੇ ਕਿਹਾ ਵੀ ਰੱਜ ਨੇ, ਰੱਜ ਦਾ ਮਤਲਬ ਕਿ ਪਰਫੈਕਸ਼ਨ ਨੇਗੀ, ਆਰਟ ਦੇ ਵਿੱਚ ਵੀ ਪਰਫੈਕਸ਼ਨ ਨੇਗੀ, ਕ੍ਰੀਏਟਿਵਿਟੀ 'ਚ ਵੀ ਪਰਫੈਕਸ਼ਨ ਨੇਗੀ, ਉਹਨੂੰ ਐਡਿਟ ਕੀਤਾ ਜਾ ਸਕਦਾ। ਐਡਿਟ ਕਰਨ ਦਾ ਮਤਲਬ ਹੈ ਕਿ ਉਹਦੇ ਵਿੱਚ ਜਿਹੜੀ ਮਨੁੱਖ ਦੀ ਬੌਧਿਕ ਕੌਨਸ਼ੀਅਸ ਪੈਨੇਟਰੇਸ਼ਨ ਹੋ ਸਕਦੀ ਹੈ ਜਿਹੜੀ ਕੁਦਰਤ ਵੱਲੋਂ ਚੀਜ਼ ਆ ਰਹੀ ਹੈ। ਸੋ ਇਹ ਐਕਸਪੀਰੀਅੰਸ ਜਿਹੜਾ ਇਹਨੂੰ ਹੋਰ ਸੋਚਣਾ ਚਾਹੀਦਾ, ਇਹ ਬੜਾ ਵੱਡਾ ਇਸ਼ਾਰਾ ਆ। ਸੋ ਇਹਨਾਂ ਨੇ ਦੱਸਿਆ ਕਿ ਜਿਹੜਾ ਅਧੂਰਾਪਣ ਪਿਆ ਕੁਦਰਤ ਦੇ ਵਿੱਚ ਉਸਨੂੰ ਸਵਾਰਨਾ ਕਿਸ ਤਰ੍ਹਾਂ ਆ, ਉਹਦੇ ਵਿੱਚ ਬੌਧਿਕ ਪ੍ਰਕਿਰਿਆ ਕਿਸ ਤਰ੍ਹਾਂ ਚਲਾਉਣੀ, ਭਾਵ ਜਾਗਰੂਕ ਅਨੁਭਵ ਕਿਸੇ ਆਵੇਸ਼ ਦੇ ਵਿੱਚ ਕਿਸ ਤਰ੍ਹਾਂ ਦਾਖਲ ਕਰਾਉਣਾ ਆ ਅਤੇ ਉਹਦੇ ਅਧੂਰੇਪਣ ਨੂੰ ਕ੍ਰੀਏਟਿਵ ਬਣਾਉਣਾ। ਇਹ ਬੜਾ ਜ਼ਬਰਦਸਤ ਨੁਕਤਾ ਆ ਕਿ ਜਿਹਦੇ ਨਾਲ ਜਿਹਨੂੰ ਅਸੀਂ ਫਲਸਫੀਕਲੀ ਜੇ ਡੈਥ ਦੇ ਐਕਸਪੀਰੀਅੰਸ ਤੱਕ ਵੀ ਲੈ ਜਾਈਏ, ਸੋ ਡੈਥ ਦੇ ਐਕਸਪੀਰੀਅੰਸ ਦੇ ਵਿੱਚ ਜਿਹਦੇ 'ਚ ਚੀਜ਼ਾਂ ਨੇ ਖੁਰ ਜਾਣਾ ਆ, ਭਾਵ ਚੀਜ਼ਾਂ ਨੇ ਨਿਰਾਰਥਕ ਸਾਬਤ ਹੋਣ ਦੀ ਦਿਸ਼ਾ ਵੱਲ ਚਲੇ ਜਾਣਾ ਆ ਜਾਂ ਵੇਸਟ ਹੋਣ ਦੀ ਦਿਸ਼ਾ ਵੱਲ ਚਲੇ ਜਾਣਾ, ਉਸਨੂੰ ਕਿਸ ਤਰ੍ਹਾਂ ਸਵਾਰਨਾ ਆ ਅਤੇ ਆਪਣੀ ਬੌਧਿਕ ਜੁਗਤ ਦਾ ਉਹਦੇ ਨਾਲ ਕੀ ਰਿਲੇਸ਼ਨ ਬਣਾਉਣਾ ਆ। ਇਹ ਨੁਕਤਾ ਬਹੁਤ ਹੀ ਕਾਰਗਰ ਨੁਕਤਾ ਆ ਜਿਹੜਾ ਇਹਨਾਂ ਦੀ ਪੋਇਟਰੀ ਦੇ ਵਿੱਚ ਵੀ ਹੈ ਅਤੇ ਇਹਨਾਂ ਨੇ ਅੱਜ ਇਹ ਨੁਕਤਾ ਸਾਡੇ ਸਾਹਮਣੇ ਜਿਹੜਾ ਰੱਖਿਆ। ਦੂਜਾ ਇਹਨਾਂ ਨੇ ਜਿਹੜੀ ਇੱਕ ਹੋਰ ਬੜੀ ਕਮਾਲ ਦੀ ਗੱਲ ਕਹੀ
ਕਿ ਕੁਦਰਤ ਦੇ ਵਿੱਚ ਰੈਪੀਟੇਸ਼ਨ ਆ ਕਿ ਹਜ਼ਾਰਾਂ ਫੁੱਲ ਖਿੜਦੇ ਆ, ਸਾਨੂੰ ਰੱਜ ਨਹੀਂ ਆਉਂਦਾ, ਫਿਰ ਕੁਦਰਤ ਹਜ਼ਾਰਾਂ ਫੁੱਲ ਜਿਹੜੀ ਖੜਾਉਂਦੀ ਆ ਅਤੇ ਲਗਾਤਾਰ ਇਹ ਸਿਲਸਿਲਾ ਚੱਲਦਾ ਰਹਿੰਦਾ। ਜਿਹੜੀ ਅਕਲ ਆ ਉਹ ਰੈਪੀਟੇਸ਼ਨ ਬਰਦਾਸ਼ਤ ਨਹੀਂ ਕਰਦੀ, ਪਰ ਜੀਵਨ ਰੈਪੀਟੇਸ਼ਨ ਚਾਹੁੰਦਾ ਹੈ। ਸੋ ਜਿਹੜੀ ਸਾਡੇ ਅੰਦਰ ਜੀਵਨ ਤਰੰਗ ਹੈ ਉਹ ਉਸੇ ਅਹਿਸਾਸ ਨੂੰ ਜਿਵੇਂ ਰਾਂਝਾ ਹੀਰ ਹੀਰ ਕਰਦਾ ਜਾਂ ਹੀਰ ਰਾਂਝਾ ਰਾਂਝਾ ਕਰਦੀ, ਉਹ ਰੈਪੀਟੇਸ਼ਨ ਆ, ਉਹ ਲਿਰੀਕਲ ਰੈਪੀਟੇਸ਼ਨ ਆ। ਸੋ ਇਸ ਕਰਕੇ ਜਿਹੜਾ ਕੁਦਰਤ ਦੇ ਵਿੱਚ ਲਿਰੀਕਲ ਰੈਪੀਟੇਸ਼ਨ ਆ ਉਹ ਸਾਡੇ ਖੇੜੇ ਦੇ ਵਿੱਚ ਸਾਡੀ ਬਲਾਸਮਿੰਗ ਦੇ ਵਿੱਚ ਜਿਹੜਾ ਪਾਰਟੀਸਪੇਟ ਕਰਦਾ ਅਤੇ ਉਹਦੇ 'ਚੋਂ ਆਰਟ ਪੈਦਾ ਹੁੰਦੀ ਹੈ। ਸੋ ਇਹ ਇਹਨਾਂ ਦਾ ਨੁਕਤਾ ਬੜਾ ਚੰਗਾ ਲੱਗਾ। ਸੋ ਇਹਨਾਂ ਨੇ ਜਿਹੜਾ ਸਾਇੰਸ ਦੇ ਰਾਹੀਂ ਵੰਡਰ ਪੈਦਾ ਕਰਨ ਦੀ ਦਿਸ਼ਾ ਪੈਦਾ ਕੀਤੀ, ਇਹ ਵੀ ਇੱਕ ਬੇਮਿਸਾਲ ਆਈਡੀਆ ਹੈ। ਇਹਨਾਂ ਨੇ ਥੋੜ੍ਹਾ ਜਿਹਾ ਸੁਜੈਸਟਿਵ ਜਿਹੇ ਢੰਗ ਨਾਲ ਕਿਹਾ, ਪਰ ਇਹਦਾ ਫੈਲਾਅ ਬਹੁਤ ਵੱਡਾ ਹੋ ਸਕਦਾ, ਨਹੀਂ ਤਾਂ ਸਾਇੰਸ ਦੇ ਨਾਲ ਕ੍ਰੀਏਟਿਵਿਟੀ ਦਾ ਟਕਰਾਅ ਹੀ ਬਣਾਉਂਦੇ ਰਹੇ, ਜਿਸ ਤਰ੍ਹਾਂ ਦੀ ਨਿਊਟੇਨੀਅਨ ਸਾਇੰਸ ਨੂੰ ਮੰਨਿਆ ਗਿਆ ਸੀਗਾ। ਹੁਣ ਚਲੋ ਸਾਇੰਸ 'ਚ ਹੋਰ ਬਹੁਤ ਕੁਝ ਆ ਗਿਆ, ਪਰ ਜਿਸ ਤਰ੍ਹਾਂ ਏਸ਼ੀਆ ਦੇ ਵਿੱਚ ਬਸਤੀਵਾਦੀ ਚਿੰਤਨ ਨੇ ਸਾਇੰਸ ਨੂੰ ਡਿਫਾਈਨ ਕੀਤਾ ਹੋਇਆ ਸੀ, ਉਹਦਾ ਹਰ ਇੱਕ ਵੰਡਰ ਦੇ ਨਾਲ ਟਕਰਾਅ ਹੀ ਸੀਗਾ। ਸੋ ਇੱਕ ਰੈਸ਼ਨਲ ਵਿਹਾਰਕ ਸੱਚ ਪੈਦਾ ਕਰਦੀ ਸੀ, ਟੈਕਨੀਕਲ ਸੱਚ ਪੈਦਾ, ਮਕੈਨੀਕਲ ਸੱਚ ਪੈਦਾ ਕਰਦੀ ਸੀ, ਪਰ ਇਹਨਾਂ ਨੇ ਆਪਣੀ ਆਰਟਿਸਟਿਕ ਖੂਬੀ ਦੇ ਨਾਲ ਸਾਇੰਸ ਦੇ ਵਿੱਚੋਂ ਜਿਹੜੀ ਨੌਲੇਜ ਦੇ ਪਸਾਰ ਪੈਦਾ ਕਰਕੇ ਉਹਨੂੰ ਇੱਕ ਵੰਡਰ ਦੇ ਨਾਲ ਜੋੜਿਆ ਅਤੇ ਵੰਡਰ ਤੋਂ ਅੱਗੇ ਵੀ ਉਹਨੂੰ ਕ੍ਰੀਏਟਿਵ ਵੰਡਰ ਦੇ ਨਾਲ ਜੋੜਿਆ। ਇਹ ਇਹਨਾਂ ਨੇ ਬਹੁਤ ਖੂਬ ਅੱਜ ਸਾਨੂੰ ਇਹ ਚੀਜ਼ਾਂ ਦੱਸੀਆਂ। ਹੋਰ ਵੀ ਇਹਨਾਂ ਦੇ ਲੈਕਚਰ ਦਾ ਫਲਾਅ ਜਿਹੜਾ ਆ ਬਹੁਤ ਜ਼ਿਆਦਾ ਵੱਡਾ ਸੀਗਾ। ਸੋ ਇੱਕ ਇਹਨਾਂ ਨੇ ਮੀਨਿੰਗ ਅਤੇ ਲਿਰਿਕ ਨਾਲ ਵੀ ਗੱਲ ਬੜੀ ਸੋਹਣੀ ਜੋੜ ਕੇ ਦੱਸੀ। ਦੂਜੀ ਬੱਚੀ ਦੇ ਜਿਹੜੇ ਸਵਾਲ ਸੀਗੇ ਉਹਦੇ ਵਿੱਚ ਵੀ ਇਹਨਾਂ ਨੇ ਸੋਹਣਾ ਦੱਸਿਆ। ਦੂਜੇ ਜਿਹੜੇ ਇਹਨਾਂ ਨੇ ਆਪਣੀ ਕਵਿਤਾ ਸੁਣਾਈ ਗਜ਼ਲ ਅਤੇ ਨਜ਼ਮ, ਉਹਦੇ ਵਿੱਚ ਵੀ ਇੱਕ ਇਨਸਾਈਟ ਸੀਗੀ ਕਿ ਜਿਹੜੀ ਨਜ਼ਮ ਆ ਹਰ ਇੱਕ ਜਿਹੜੀ ਏਜ ਆ ਉਹਦੇ ਵਿੱਚ ਆਪਣਾ ਕੋਈ ਨਾ ਕੋਈ ਕਾਵਿ ਰੂਪ ਡੋਮੀਨੇਟ ਕਰ ਜਾਂਦਾ ਆ, ਜਿਵੇਂ ਮੌਜੂਦਾ ਦੌਰ ਦੇ ਵਿੱਚ ਨੋਵਲ ਅਤੇ ਖੁੱਲ੍ਹੀ ਕਵਿਤਾ ਡੋਮੀਨੇਟ ਕਰ ਜਾਂਦੇ ਆ, ਭਾਵੇਂ ਕਿ ਹੋਰ ਵੀ ਚੀਜ਼ਾਂ ਚੱਲਦੀਆਂ ਰਹਿੰਦੀਆਂ। ਸੋ ਇਹਨਾਂ ਨੇ ਬੜੀ ਇੱਕ ਚੰਗੀ ਦੱਸੀ ਗਜ਼ਲ ਕਿ ਜਿਹੜੀ ਰਵਾਇਤੀ ਗਜ਼ਲ ਹੈ ਉਹਦੇ ਵਿੱਚ ਇੱਕ ਇੱਕ ਰਿਚੁਅਲਿਸਟਿਕ ਜਿਹੀ ਚੀਜ਼ ਹੈ, ਉਹਦੇ 'ਚ ਜੀਵਨ ਦੀ ਫਰੈਸ਼ਨੈਸ ਨਹੀਂ ਗਈ, ਜੀਵਨ ਦੀ ਪੂਰੀ ਖੁੱਲ੍ਹੀ ਖੇਡ ਨਹੀਂ ਵਾਪਰਦੀ ਜਿਹੜੀ ਰਵਾਇਤੀ ਗਜ਼ਲ ਆ। ਸੋ ਜਿਹੜੀ ਨਜ਼ਮ ਹੈ, ਨਜ਼ਮ ਮੀਨਿੰਗ ਨੂੰ ਖੋਲ੍ਹਦੀ ਆ ਮਾਡਰਨ ਏਜ ਦੇ ਵਿੱਚ, ਅਤੇ ਉਹਦੇ ਵਿੱਚ ਜਿਹੜੀ ਸਿੰਬਲ ਦੀ ਟੁੱਟ ਭੱਜ ਹੋ ਰਹੀ ਹੈ, ਜਿਵੇਂ ਘਰ ਇੱਕ ਸਿੰਬਲ ਹੈ, ਸੋ ਮਨੁੱਖੀ ਦਾਇਰੇ ਦੇ ਵਿੱਚ ਆਇਆ ਘਰ ਮੌਜੂਦਾ ਦੌਰ ਦੇ ਵਿੱਚ ਕਿਸ ਤਰ੍ਹਾਂ ਤਿੜਕ ਰਿਹਾ ਹੈ। ਸੋ ਇੰਝ ਹੀ ਧਰਮ ਜਿਹੜਾ ਮਡੀਵੀਅਲ ਏਜ ਵਾਲਾ ਧਰਮ ਹੈ ਉਹਦੀਆਂ ਪ੍ਰੈਕਟਿਸਿਸ ਜਿਹੜੀਆਂ ਤਿੜਕ ਰਹੀਆਂ ਹਨ। ਇੰਝ ਹੀ ਅਕੈਡਮੀ, ਯੂਨੀਵਰਸਿਟੀ, ਕਾਲਜ, ਵਿੱਦਿਆ, ਰਿਲੇਸ਼ਨ, ਲਵ, ਇਹ ਸਾਰਾ ਕੁਝ ਤਿੜਕਦਾ ਪਿਆ ਆ। ਸੋ ਮਾਡਰਨ ਏਜ ਦੇ ਵਿੱਚ ਜਾਂ ਸਮਕਾਲੀ ਯੁੱਗ ਦੇ ਵਿੱਚ ਖੁੱਲ੍ਹੀ ਕਵਿਤਾ ਉਸ ਟੁੱਟੇ ਹੋਏ ਬਿੰਬ ਨੂੰ ਨਵੇਂ ਗਿਆਨਾਤਮਕ ਪਸਾਰ 'ਚ ਲਿਜਾਂਦੀ ਹੈ ਅਤੇ ਆਪਣਾ ਵੱਖਰੀ ਤਰ੍ਹਾਂ ਦਾ ਲਿਰਿਕ ਪੈਦਾ ਕਰਦੀ ਹੈ। ਇਹ ਡਿਮੈਂਸ਼ਨ ਇਹਨਾਂ ਦੀ ਬੜੀ ਚੰਗੀ ਆ। ਸੋ ਇਸ ਤਰ੍ਹਾਂ ਇਹਨਾਂ ਨੇ ਬੜਾ ਖੂਬੀ ਦੇ ਨਾਲ ਅੱਜ ਆਪਣਾ ਸਿਰਜਣ ਪ੍ਰਕਿਰਿਆ ਦਾ ਪਸਾਰ ਪੇਸ਼ ਕੀਤਾ। ਸੋ ਅਸੀਂ ਇਹਨਾਂ ਦੇ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ। ਸੋ ਇਹਨਾਂ ਨੂੰ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਹੀ ਅਸੀਂ ਦੱਸਿਆ ਸੀ ਕਿਉਂਕਿ ਅਸੀਂ ਦੂਜੇ ਫੰਕਸ਼ਨ 'ਚ ਰੁੱਝੇ ਹੋਏ ਸੀ ਅਤੇ ਸਾਨੂੰ ਪਤਾ ਨਹੀਂ ਸੀ ਵੀ ਅਸੀਂ ਇਹ ਕਰ ਸਕਾਂਗੇ। ਸੋ ਇਹਨਾਂ ਨੇ ਉਹ ਟਾਈਮ ਕੱਢਿਆ ਅਤੇ ਨਾਲ ਜਿਹੜਾ ਆ ਭਾਈ ਸਾਹਿਬ ਵੀ ਆਏ ਆ ਅਤੇ ਸਾਨੂੰ ਬੜੀ ਖੁਸ਼ੀ ਹੈ। ਉਹਨਾਂ ਨੇ ਇਹ ਦੱਸਿਆ ਕਿ ਇਹਨਾਂ ਦੇ ਪ੍ਰੇਰਨਾ ਸਰੋਤ ਉਹਨਾਂ ਦੇ ਮਾਮਾ ਜੀ ਕਿਰਪਾਲ ਸਿੰਘ ਜੀ ਕਸੇਲ ਹਨ, ਪਰ ਜਿਸ ਤਰ੍ਹਾਂ ਉਹਨਾਂ ਦਾ ਵਿਖਿਆਣ ਸੀ ਮੈਨੂੰ ਲੱਗਿਆ ਸੀ ਵੀ ਘਰ 'ਚ ਕੁਦਰਤ ਦਾ ਇੱਕ ਬਾਗ ਬਗੀਚਾ ਇਹਨਾਂ ਨੇ ਖੜਾਇਆ ਹੋਇਆ ਆਪਣੇ ਮਾਹੌਲ ਦੇ ਨਾਲ, ਅਤੇ ਮੈਡਮ ਜੀ ਉਸ ਮਾਹੌਲ ਦੇ ਵਿੱਚੋਂ ਦੀ ਸਾਡੇ ਲਈ ਸੋਹਣਾ ਜਿਹੜਾ ਕਾਵ ਆ ਉਹ ਪੇਸ਼ ਕਰ ਰਹੇ ਹਨ। ਅਤੇ ਇਹਨਾਂ ਦੀ ਵੱਡੀ ਸੇਵਾ ਇਹ ਹੈ ਕਿ ਇਹਨਾਂ ਨੇ ਏਕ ਮੈਗਜ਼ੀਨ ਜਿਹੜਾ ਲਗਾਤਾਰ ਇਹ ਕੱਢ ਰਹੇ ਹਨ। ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਸਾਡੇ ਅੰਮ੍ਰਿਤਸਰ ਦੀ ਉਹ ਟ੍ਰੈਡੀਸ਼ਨ ਹੈ ਕਿ ਇਹਦੇ 'ਚ ਪਰਿਵਾਰ ਹੀ ਲਿਟਰੇਚਰ 'ਚ ਆ ਜਾਂਦੇ ਆ, ਇਹ ਅੰਮ੍ਰਿਤਸਰ ਤੋਂ ਬਾਹਰ ਨਹੀਂ ਇਹ ਟ੍ਰੈਡੀਸ਼ਨ ਲੱਭਦੀ ਕਿ ਸਾਰਾ ਪਰਿਵਾਰ ਹੀ ਇੱਕ ਉਹਦੇ ਵਿੱਚ ਆ ਜਾਵੇ। ਇਹ ਜਿਵੇਂ ਆਪਣੇ ਸੀਗੇ ਗੁਰਬਖਸ਼ ਸਿੰਘ ਪ੍ਰੀਤਲੜੀ, ਉਹ ਸਾਰੇ ਪਰਿਵਾਰ ਸੀ। ਇੱਥੇ ਹਰਚਰਨ ਸਿੰਘ ਨਾਟਕ ਕਰ ਰਹੇ ਆ, ਉਹ ਵੀ ਸਾਰੇ ਪਰਿਵਾਰ ਸੀ। ਇੰਝ ਕਾਫੀ ਪਰਿਵਾਰ ਆ ਜਿਹੜੇ ਆਪਣੇ ਕੀ ਨਾਮ ਨਾਟਕਕਾਰ ਸੀਗੇ ਜਿਹੜੇ ਨੁੱਕੜ ਨਾਟਕ ਕਰਦੇ ਸੀ ਅੱਗੇ, ਗੁਰਸ਼ਰਨ ਸਿੰਘ ਭਾਅ ਜੀ ਹੋਣੀ, ਉਹਨਾਂ ਦੇ ਇੰਝ ਇਹ ਬੜਾ ਚੰਗਾ ਨਾਨਕ ਸਿੰਘ ਦੇ ਸਾਰੇ ਪਰਿਵਾਰ ਸੀ। ਸੋ ਸਾਨੂੰ ਇਹ ਵੀ ਬੜੀ ਖੁਸ਼ੀ ਹੋਈ ਹੈ ਕਿ ਉਹਨਾਂ ਨੇ ਆਪਣਾ ਵਿਖਿਆਨ ਪੇਸ਼ ਕੀਤਾ। ਸੋ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ। ਸੋ ਖਾਲਸਾ ਕਾਲਜ 'ਚੋਂ, ਯੂਨੀਵਰਸਿਟੀ 'ਚੋਂ ਅਤੇ ਜਿਹੜੀਆਂ ਵੱਖ ਵੱਖ ਹੋਰ ਯੂਨੀਵਰਸਿਟੀਆਂ ਦੇ ਵਿੱਚੋਂ ਆਏ ਜਿਹੜੇ ਸਾਡੇ ਯੰਗ ਕਵੀ ਹਨ,
ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ। ਸ਼ਹਿਰ ਦੇ ਵਿੱਚੋਂ ਆਏ ਜਿਹੜੇ ਗੁਣਜਨ ਲੋਕ ਹਨ, ਉਹਨਾਂ 'ਚ ਸਾਡੇ ਜਿਹੜੇ ਬਹੁਤ ਹੀ ਸਾਡੇ ਨਾਲ ਸਿੰਪੈਥੈਟਿਕਲੀ ਜੁੜੇ ਹੋਏ ਹਨ, ਪ੍ਰੋਫੈਸਰ ਗੁਰਬਖਸ਼ ਸਿੰਘ ਜੀ, ਅਸੀਂ ਇਹਨਾਂ ਦੇ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਗੁਰਚੇਤਨ ਸਿੰਘ ਦੇ ਨਾਲ ਉਹਨਾਂ ਦੇ ਦਫ਼ਤਰ ਦੇ ਦੋਸਤ ਸਾਰੇ ਆਏ ਹੈ, ਅਸੀਂ ਉਹਨਾਂ ਦੇ ਵੀ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਅਤੇ ਉਮੀਦ ਕਰਦੇ ਹਾਂ ਵੀ ਅੱਗੇ ਤੋਂ ਵੀ ਤੁਸੀਂ ਆਓਗੇ। ਅੱਜ ਦੀ ਜਿਹੜੀ ਇੱਕ ਸ਼ਿਕਾਇਤ ਰਹਿ ਗਈ ਉਹ ਥੋੜ੍ਹੀ ਜਿਹੀ ਪ੍ਰੋਗਰਾਮ ਦੀ ਕਾਹਲੀ ਕਰਕੇ ਸੀ, ਉਹ ਡਿਸਕਸ਼ਨ ਨਹੀਂ ਪੂਰੀ ਹੋ ਸਕੀ, ਸੋ ਉਹ ਮੈਨੂੰ ਰੜਕਦੀ ਰਹੀ। ਦੋ ਤਿੰਨ ਸਵਾਲ ਮੇਰੇ ਵੀ ਸੀ, ਮੈਂ ਅਜੇ ਉਡੀਕਦਾ ਸੀ ਵੀ ਕਰਨਾ ਤਾਂ ਫਿਰ ਮੈਂ ਵੀ ਕਰਾਂ, ਅਤੇ ਉਹ ਚਲੋ ਅਸੀਂ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸੋ ਇਹ ਬਸ ਕਰੀ। ਸੋ ਇਹਨਾਂ ਨੇ ਮੈਨੂੰ ਕਿਹਾ ਸੀ ਵੀ ਕਵਿਤਾ ਪੜ੍ਹ, ਅਤੇ ਉਹ ਮੈਂ ਕਹਿੰਦਾ ਹੁਣ ਰਹਿਣ ਦਿੰਦੇ, ਚਾਹ ਦਾ ਵੀ ਟਾਈਮ ਹੋ ਗਿਆ। ਸੋ ਇੱਕੋ ਹੀ ਕਿਹਾ ਸੀ ਇਹਨਾਂ ਨੇ। ਸੋ ਸੋ ਇਹਨਾਂ ਨੇ ਮੈਨੂੰ ਜਿਹੜੀ ਕੱਢ ਕੇ ਦਿੱਤੀ ਉਹ ਪੜ੍ਹ ਦਿੰਦੇ। ਉਂਝ ਵੈਸੇ ਹਰਪ੍ਰੀਤ ਨਾਰਲੀ ਸਾਹਿਬ ਨੇ ਵੀ ਉਹੀ ਚੀਜ਼ ਪੜ੍ਹਤੀ ਹੈ, ਮੇਰੇ ਵੀ ਦਰਖਤ ਦੇ ਬੀਜ ਦੇ ਉੱਤੇ ਕਵਿਤਾ ਹੈ। ਸੋ ਥੋੜ੍ਹੀ ਜਿਹੀ ਲਿਖ ਲਿਆ ਤਾਂ ਮੈਂ ਪੁੱਠੀ ਜਿਹੀ ਹਾਂ। ਸੋ ਉਹ ਹੈ ਜੀ, ਬੀਜ ਦੀ ਦਿਵਤਾ ਦਾ ਗਾਇਨ। ਸੋ ਮੇਰੇ ਥੋੜ੍ਹੇ ਜਿਹੇ ਕੰਸਰਨ ਜਿਹੜੇ ਆ ਉਹ ਮੈਟਾਫਿਜ਼ੀਕਲ ਰਹਿੰਦੇ ਆ, ਸੋ ਉਹਦੀ ਕਵਿਤਾ ਜੀ। ਆਣ ਖਾਕ ਵਿੱਚ ਰਲਿਆ ਸੂਰਾ, ਕਰਮ ਕਰੇ ਹਿੱਕ ਚੀਰੇ। ਆਣ ਖਾਕ ਵਿੱਚ ਰਲਿਆ ਸੂਰਾ, ਕਰਮ ਕਰੇ ਹਿੱਕ ਚੀਰੇ। ਧਰਤ ਅਖਾੜਾ ਜਿਣ ਵੈਰਾਗੇ, ਕਾਲ ਦੇ ਬੂਹੇ ਭੀੜੇ। ਆਣ ਖਾਕ ਵਿੱਚ ਰਲਿਆ ਸੂਰਾ, ਕਰਮ ਕਰੇ ਹਿੱਕ ਚੀਰੇ। ਧਰਤ ਅਖਾੜਾ ਜਿਣ ਵੈਰਾਗੇ, ਕਾਲ ਦੇ ਬੂਹੇ ਭੀੜੇ। ਉਹ ਬੀਜ ਪਾਟਦਾ ਹੈ ਨਾ। ਖੋਲ ਹਨਵੰਤ ਪ੍ਰੇਮ ਦਾ ਸੀਨਾ, ਚਾਨਣ ਅਰਸ਼ ਪਰਗਾਸੇ। ਨਾਮ ਪਦਾਰਥ ਤਿਖਾ ਬੁਝਾਵੇ, ਕਾਵ ਦੇ ਨਗਰ ਪਿਆਸੇ। ਧਿਆਨ ਚੌਂਕੜੇ ਸੁਰਤ ਵਿਵਸਦੀ, ਸੁਪਨ ਆਦਿ ਦਾ ਮੌਲੇ। ਸੁਈਆਂ ਹੇਠਾਂ ਰਾਗ ਬੇਕੁੰਠੀ, ਚੁੱਪ ਦਿਸੇ ਪਰ ਬੋਲੇ। ਲੈ ਭੋਰੇ ਤਪ ਆਸਣ ਲਾਇਆ, ਸ਼ਬਦ ਸੁਰਤ ਕਰ ਜੀਵੇ। ਪ੍ਰੀਤ ਜਗਤ ਤੋਂ ਲੁਕ ਕੇ ਜਗ ਲਈ, ਨੀਰ ਗਗਨ ਦਾ ਪੀਵੇ। ਪ੍ਰੇਮ ਅਪਰੰਪਰ ਨੇਮ ਨਾ ਹਾਣੀ, ਇਹ ਮੈਂ ਰਾਮਾਇਣ ਦਾ ਇੱਥੇ ਤੱਤ ਵਰਤਿਆ ਕਿ ਰਾਮ ਚੰਦਰ ਜੀ ਜਿਹੜੇ ਆ ਉਹ ਸਰਯੂ ਨਦੀ ਦੇ ਵਿੱਚ ਡੁੱਬਦੇ ਆ, ਅਤੇ ਸੀਤਾ ਜੀ ਜਿਹੜੇ ਜ਼ਮੀਨ ਦੇ ਵਿੱਚ ਚਲੇ ਜਾਂਦੇ ਆਖਰ ਦੇ ਵਿੱਚ। ਅਤੇ ਉਹ ਮੈਂ ਬਣਾਇਆ ਕਿ ਜਿਹੜੀ ਰਾਮ ਚੰਦਰ ਜੀ ਦਾ ਪ੍ਰੇਮ ਸੀ ਅਤੇ ਉਸ ਵੇਲੇ ਦੀ ਜਿਹੜੀ ਮਰਿਆਦਾ ਸੀ ਉਹ ਉਹਨਾਂ ਦੇ ਹਾਣ ਦੀ ਨਹੀਂ ਸੀ, ਇਸ ਗੱਲ ਕਰਕੇ ਇਹ ਜਿਹੜਾ ਤਣਾਅ ਪੈਦਾ ਹੋਇਆ ਉਹਨਾਂ ਦਾ ਅਤੇ ਉਹਨਾਂ ਦਾ ਐਂਡ ਇਸ ਤਰ੍ਹਾਂ ਹੋਇਆ। ਪ੍ਰੇਮ ਅਪਰੰਪਰ ਨੇਮ ਨਾ ਹਾਣੀ, ਵੀ ਉਸ ਵੇਲੇ ਦੀ ਜਿਹੜੀ ਮਰਿਆਦਾ ਚੱਲ ਰਹੀ ਸੀ ਬ੍ਰਾਹਮਣਿਕਲ ਸਿਸਟਮ 'ਚੋਂ ਰਾਜੇ ਦੀ, ਉਹ ਉਹਨਾਂ ਦੇ ਹਾਣ ਦੀ ਨਹੀਂ ਸੀ। ਪ੍ਰੇਮ ਅਪਰੰਪਰ ਨੇਮ ਨਾ ਹਾਣੀ, ਲੀਲਾ ਅਜਬ ਰਚਾਏ। ਧਰ ਵਿੱਚ ਆਸਣ ਕਰਨ ਸੀਤਾ ਜੀ, ਰਾਮ ਜਲਾਂ ਚੋਂ ਆਏ। ਸੋ ਜਿਹੜਾ ਬੀਜ ਦਾ ਨਰ ਅਤੇ ਮਾਦਾ ਪਹਿਲੂ ਹੈ, ਮੈਂ ਉਹਨੂੰ ਇੱਕ ਨੂੰ ਰਾਮ ਜੀ ਕਿਹਾ, ਇੱਕ ਨੂੰ ਸੀਤਾ ਜੀ ਕਿਹਾ। ਪ੍ਰੇਮ ਪਰੰਪਰ ਨੇਮ ਨਾ ਹਾਣੀ, ਲੀਲਾ ਅਜਬ ਰਚਾਏ। ਧਰ ਵਿੱਚ ਆਸਣ ਕਰਨ ਸੀਤਾ ਜੀ, ਰਾਮ ਜਲਾਂ ਚੋਂ ਆਏ। ਦੇਹ ਦਾ ਨਾਦ ਕਲਾਸ਼ੀ ਵੀਣਾ, ਰੂਪ ਵਿਲਾਸ ਚੁਣਾਏ। ਸ਼ਬਦ ਅਕਾਲ ਰਬਾਬੀ ਗਾਇਨ, ਸੇਵਾ ਧਰਤ ਕਮਾਏ। ਛੋੜ ਸੁਮੇਰ ਉਚਾਈ ਸਿੱਧ ਜੀ, ਵੱਲ ਜਗਤ ਦੇ ਆਏ। ਨਿੱਜ ਦੀ ਗੁਫਾ ਚੋਂ ਚਾਨਣ ਪੀ ਕੇ, ਭਲਾ ਸਰਬੱਤ ਮਨਾਏ। ਸੇਵਾ ਹਿੱਤ ਦੇਹ ਦਾ ਲੱਗਣਾ, ਪ੍ਰੀਤ ਦਾ ਤਰਵਰ ਮੌਲੇ। ਤਰਵਰ ਮਣੇ ਦਰਖਤ। ਸੇਵਾ ਹਿੱਤ ਦੇਹ ਦਾ ਲੱਗਣਾ, ਪ੍ਰੀਤ ਦਾ ਤਰਵਰ ਮੌਲੇ। ਕਾਲ ਨੇਮ ਤੋਂ ਉੱਪਰ ਜੀਣਾ, ਪਵਨ ਆਨੰਦੀ ਝੋਲੇ। ਬਸ ਦੋ ਪੈਰੇ ਰਹਿ ਗਏ। ਮੌਲਿਆ ਤਰਵਰ ਪੰਖੀ ਸੰਗਤ, ਆਏ ਦੀਵਾਨ ਲਗਾਇਆ। ਮੌਲਿਆ ਤਰਵਰ ਪੰਖੀ ਸੰਗਤ, ਆਏ ਦੀਵਾਨ ਲਗਾਇਆ। ਉਸਤਤ ਹੇਤ ਜਗਤ ਪਰਗਾਸਿਆ, ਸ਼ਬਦ ਅਰਸ਼ ਤੋਂ ਆਇਆ।
ਏਕ ਤੇ ਅਨੇਕ ਤੇ ਇੱਕ ਹੈ, ਏਕ ਅਨੇਕ ਹੈ। ਸੰਤੋਖ ਪ੍ਰਗਾਸ, ਸੰਤੋਖ ਪਸਾਰ ਪ੍ਰਗਾਸੇ, ਇਹ ਮੈਂ ਸਿੱਖ ਵੋਕੈਬਲਰੀ ਵਰਤ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਸੰਤੋਖ ਦੇ ਅਤੇ ਪ੍ਰਗਾਸ ਦੇ। ਅਨੇਕ ਤੇ ਇੱਕ ਹੈ, ਏਕ ਅਨੇਕ ਹੈ, ਸੰਤੋਖ ਪਸਾਰ ਪ੍ਰਗਾਸੇ। ਅਤ ਵਡਾਣ ਚ ਅਸਥਰ ਥੀਣਾ ਸਾਹਿਬ ਦੇ ਧਰਵਾਸੇ, ਸਗਲ ਦਵੈਤ ਬਖੇੜੇ ਮੁੱਕੇ, ਇੱਕ ਪੂਰੇ ਜੜ ਲਾਈ, ਸਗਲ ਅਧੂਰੇ ਪੂਰੇ ਜਾਪਣ, ਸੇਵਾ ਦਰਵੇਸ਼ਾਂ ਮਾਈ, ਸੇਵਾ ਦਰਵੇਸ਼ਾਂ। ਅੱਜ ਦੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੈ ਅਤੇ ਹੁਣ ਅਸੀਂ ਸਾਰੇ ਚਾਹ 'ਤੇ ਇਕੱਠੇ ਹੋਵਾਂਗੇ। ਧੰਨਵਾਦ।